ਕਿੰਨੇ ਕਬੂਤਰ ਡਾਲਦੇ ਸੀ? ਮੈਂ ਯਕੀਨ ਕਰਕੇ ਸਾਡੇ ਕੋਲ ਇਹ 1974-75 ਦੀ ਗੱਲ ਨਹੀਂ ਕਿ ਨਿੱਕੇ ਸਾਰੇ ਬਰਫ ਨਹੀਂ ਸੀ ਮਿਲਦੀ ਹੁੰਦੀ। ਅੱਛਾ, ਬਰਫਾਂ ਨਹੀਂ ਸੀ ਮਿਲਦੀਆਂ ਕਾਰਖਾਨਿਆਂ ਦੀ ਬਰਫ ਲੈਣੀ ਉਹ ਰੇੜਾ ਆਉਣਾ ਤੇ ਦੋ ਦੋ ਮੀਲ ਚੱਲ ਕੇ ਤੇ ਮਿਲਦੀ ਸੀ ਜਾਣੀ ਕਿ ਬਰਫ। ਹੁਣ ਤੇ ਸਭ ਲੋਕਾਂ ਨੂੰ ਸਹੂਲਤਾਂ ਹੀ ਜਾਣੀ ਕਿ ਬੜੀ ਬੜੀਆਂ ਘਰ ਬੈਠੇ ਕਬੂਤਰ ਡੋਰ ਬੜੀ ਸਹੂਲਤਾਂ ਨੇ, ਫਰਿਜਾਂ ਖੋਲੀਆਂ ਹਰ ਚੀਜ਼ ਲੈ ਲਈ। ਉਹਨਾਂ ਸਾਧਨਾਂ ਨੇ ਕੋਈ ਚੀਜ਼ ਖੁਰਾਕ ਉਹਨਾਂ ਨੇ ਬਣਾਈ, ਬਦਾਮ ਬਦੂਮ ਪਿਆਏ ਨੇ ਮਾੜੇ ਦੋਸਤ ਹਨ, ਉਹਨਾਂ ਨੇ ਭਾਰ ਕੀ ਕਰਨਾ, ਦੋ ਦੋ ਗੋਲੀਆਂ ਤਿੰਨ ਤਿੰਨ ਗੋਲੀਆਂ ਕਬੂਤਰਾਂ ਨੂੰ ਦੇਣੀਆਂ। ਹੁਣ ਲੋਕੀ ਭਾਜੀ ਗਿਰੀਆਂ ਦੀ ਪੰਜ ਪੰਜ ਛੇ ਤੋੜੇ ਹੋਏ ਗਿਰੀਆਂ ਦੇ, ਬਦਾਮਾਂ ਤੇ ਨਹੀਂ ਗਿਰੀਆਂ ਦੇ। ਹੁਣ ਲੋਕਾਂ ਕੋਲ ਸੋਰਸ ਹੈ, ਸੋਰਸ ਉਹਨਾਂ ਨੇ ਕੀ ਕਰਨਾ, ਉਸਤਾਦਾਂ ਨੇ ਜਦੋਂ ਕੋਈ ਚੀਜ਼ ਵਿੱਚ ਖੁਰਾਕ ਦੇ ਨਾਲ ਕੁੱਟਣੀ ਸ਼ੁਰੂ ਕਰਨਾ, ਜਦੋਂ ਉਹਨਾਂ ਕੋਈ ਚੀਜ਼ ਪਾਣੀ ਸੀ ਤਾਂ ਸਾਨੂੰ ਬਰਫ਼ ਲੈਣ ਜਾਣਗੇ ਦੇਣਾ ਤੇ ਹੁਣ ਗਏ ਤੇ ਦੋ ਘੰਟੇ ਨੇ ਘੰਟੇ ਤੋਂ ਪਹਿਲਾਂ ਜਾਣਾ, ਉਹ ਜਦੋਂ ਅਸੀਂ ਆਣਾ ਨਾ ਤੇ ਉਹਨਾਂ ਉਸਤਾਦਾਂ ਨੇ ਕੀ ਕਰਨਾ, ਬਈ ਵੀਡੀਓ ਦੇ ਨਾਲ ਠੀਕ ਹੈ, ਸਾਡੇ ਆਉਣ ਤੋਂ ਪਹਿਲੇ ਖੁਰਾਕ ਨੂੰ ਕੁੱਟ ਕੇ ਨਾ ਜੋ ਬੇਬੇ ਬੈਠੇ ਨੇ। ਉਹ ਮੇਰਾ ਇੱਕ ਦੋਸਤ ਦਾ ਸੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਇਹ ਤੇ ਬੜਾ ਕੰਮ ਖਰਾਬ ਹੈ, ਅਸੀਂ ਸਾਰੀ ਦਿਹਾੜੀ ਇਹਨਾਂ ਦਾ ਪਹਿਰਾ ਜਾਣੀ ਕਿ ਇਹਨਾਂ ਦੇ ਪਾਣੀ ਢੋ ਤੇ ਇਹਨਾਂ ਨੂੰ ਚਵਾਂ ਪਿਆ, ਤੇ ਜਿਹੜਾ ਕੰਮ ਅਸੀਂ ਘਰੋਂ ਸਿੱਖਣ ਆਉਂਦੇ ਹਾਂ ਸਾਡੇ ਹਾਂ ਜਦੋਂ ਅਸੀਂ ਤੁਹਾਨੂੰ ਭੇਜਦੇ ਮੁੜ ਕੇ ਕਰ ਲੈਂਦੇ। ਮੈਂ ਕੀ ਕੀਤਾ, ਸਲਮਾਨ ਅਤੀ ਪੱਟੀ ਲਈ ਜਾਣੀ ਕਿ ਬਰਫ਼ ਦੀ ਸੁਬਾਹ, ਉਹਨੂੰ ਉੱਥੇ ਇੱਕ ਪਿੱਛੇ ਉੱਥੇ ਇੱਕ ਦੁਕਾਨ ਹੁੰਦੀ ਸੀ, ਪੱਠੇ ਪੱਠੇ ਤੂੜੀ ਛੁੜੀ ਹੁੰਦੀ ਸੀ, ਉਹ ਬੋਰੀ ਲਪੇਟ ਕੇ ਨਾ ਅਸੀਂ ਅਸੀਂ ਉਹਦੇ ਥੱਲੇ ਵਾੜਦੇ। ਮੈਂ ਕਿਹਾ ਵੀ ਅੱਜ ਉਸਤਾਦਾਂ ਨੇ ਸਾਨੂੰ ਚੱਕਰ ਦਿੱਤੇ ਕਈ ਮਹੀਨੇ ਹੋ ਗਏ, ਅੱਜ ਇਹਨਾਂ ਨੇ ਕਹਿਣਾ ਨੀ ਜੀ ਬਰਫ਼ ਤੇ ਕਹਿਣਾ ਸੀ ਲੋ ਭਾਜੀ ਲੋ ਬਰਫ਼ ਪਹਿਲੇ ਪਈ ਤਿਆਰ ਉਹ ਸਾਰੇ ਜੀ। ਅੱਜ ਜਦੋਂ ਉਹਨਾਂ ਨੇ ਭਾਜੀ ਉਹ ਖੁਰਾਕ ਬਦਾਮ ਬਦੂਮ ਲੇ ਕੁੱਟਦੇ ਤੇ ਉਹਨੇ ਕਿਹਾ ਕੀ ਹੋਏ, ਮੈਂ ਕਿਹਾ ਜੀ ਸਾਹ ਤੇ ਪੁੱਤਰ ਬਰਫ਼ ਲਿਆਓ, ਮੈਂ ਕਿਹਾ ਸਾਹ ਜੀ ਜਾਣਾ ਨੀ ਪਏਗਾ ਤੁਹਾਡੇ ਕੋਲ, ਉਹ ਸਾਹ ਲਿਆ ਕੇ ਤੇ ਬਰਫ਼ ਉਹਨਾਂ ਦੇ ਅੱਗੇ ਤਰੀ, ਹੁਣ ਉਸਤਾਦਾਂ ਨੇ ਪਾਇਆ ਕੀ ਹੈ। ਅੱਛਾ, ਉਹਨੇ ਫਤੂਈ ਉਦੋਂ ਟਾਈਮ ਤੋਂ ਮੈਂ ਦੌਰ ਸੀ ਸਲੂਕਾ, ਮੈਂ ਬੜੇ ਬੜੇ ਉਸਤਾਦ ਬੜੇ ਬੜੇ ਉਸਤਾਦ ਸਾਡੇ ਵਾਸਤੇ ਕਾਬਲ ਇਤਰਾਮ ਉਹ ਮੁਲਕ ਦੇ ਉੱਤੇ थोड़ी देर तक कबूतरों का लाइव शो कराएंगे तो फिर ऊपर जाकर वीडियो ठीक हो जाएगी, अभी नीचे बैठे हुए हैं तो वीडियो रिजल्ट नॉर्मल ही आएगा। अच्छा, ਉਹਦੇ ਚ ਇੱਕ ਮਣਕਾ ਹਾਂ ਤੇ ਦੋ ਕਾਲੀਆਂ ਮਿਰਚਾਂ ਤੇ ਇੰਜ ਖੁਰਾਕ ਚ ਉਹਨੇ ਜਾਣੀ ਕਿ ਮਾਰੀ ਅਸੀਂ ਵੀ ਹਲਤਾਂ ਦੀ ਗੱਲ ਕਰ ਰਹੇ ਨੁਸਖਾ ਸਾਨੂੰ ਲੱਭ ਗਿਆ ਲੱਭ ਗਿਆ। ਦੌੜ ਸਨ ਕਬੂਤਰ ਵੀ ਸਾਧਨ ਸੁਸਦੇ ਸਨ, 11, 10, 11, 12 ਦੀ ਉਦੋਂ ਕੀ ਸੀ ਹਾਰ ਜਿੱਤ। ਹੁਣ ਜਿਹੜਾ ਸਿਲੇਬਸ ਹੈ ਨਾ ਸਲਮਾਨ ਸਾਹਿਬ ਚੇਂਜ ਹੋ ਗਿਆ ਕਬੂਤਰਬਾਜ਼ੀ ਦਾ, ਹੁਣ ਤੁਸੀਂ ਜਿਹੜੇ ਕਬੂਤਰ ਨੇ ਉਹ ਤੁਹਾਨੂੰ ਬੜੇ ਟਾਈਮਰ ਕਬੂਤਰ ਬਣਾਉਣੇ ਪੈਣਗੇ, ਟੌਪ ਜਿਸ ਕਬੂਤਰ ਬਣਾਉਣੇ ਪੈਣਗੇ, ਲੋਕਾਂ ਨੇ ਬਹੁਤ ਮਿਹਨਤ ਕੀਤੀ ਹੈ। ਮੈਂ ਕੱਲੇ ਨੂੰ ਨਹੀਂ ਕਹਿੰਦਾ, ਹਰ ਸ਼ੌਕੀਨ ਨੇ ਉਹ ਫੈਸਲਾਬਾਦ ਦਾ, ਉਹ ਸਿਆਲਕੋਟ ਦਾ, ਉਹ ਕਾਰੀਆਂ ਦਾ, ਜੇਹਲਮ ਦਾ, ਇਹ ਜੇਹਲਮ ਦੀਨਾ ਕਾਰੀਆਂ ਇਹਨਾਂ ਲੋਕਾਂ ਨੂੰ ਮੈਂ ਸਾਹਮਣੇ ਵੇਖਿਆ ਮੰਡੀ, ਇਹਨਾਂ ਲੋਕਾਂ ਨੇ ਬਹੁਤ ਠੀਕ ਹੈ, ਇਹਨਾਂ ਲੋਕਾਂ ਨੇ ਬੜਾ ਫਾਲੋ ਕੀਤਾ, ਬੜੀ ਮਿਹਨਤ ਕੀਤੀ, ਬਹੁਤ ਸਾਰੇ ਕਬੂਤਰ ਪਰਚੇਸ ਕੀਤੀ ਸੀ ਤੇ ਬੜੇ ਸਾਧਨ ਨੂੰ ਬੁਲਾਇਆ ਚਲਾਇਆ। ਇਸ ਟਾਈਮ ਬਹੁਤ ਅੱਛੀ ਕਬੂਤਰਬਾਜ਼ੀ ਜੇਹਲਮ ਸ਼ਹਿਰ ਦੀ, ਮੰਡੀ ਖਾਰੀਆਂ ਗੁਜਰਾਤ, ਹਾਂਜੀ ਇੱਥੇ ਬਹੁਤ ਜਾਣੀ ਕਿ ਤੁਸੀਂ ਘੰਟੇ ਦੇਖ ਲੋ ਕੀ ਬਣਦੇ ਪਏ ਨੇ ਉੱਥੇ, ਹਾਈ ਲੈਵਲ ਦੇ ਘੰਟੇ ਨੇ ਜਨਾਬ, ਕੇ ਲੋਕੀ ਸੱਤ ਸੱਤ ਕਬੂਤਰਾਂ ਨਾਲ 91, 92, 92 ਘੰਟੇ ਬਣਾ ਰਹੇ ਨੇ, ਬਿਲਕੁਲ ਤੇ ਇਹ ਦੇਖੋ ਨਾ ਕਿ ਦੁਨੀਆਂ ਨੇ ਤਰੱਕੀ ਕੀਤੀ ਹੈ, ਲੋਕਾਂ ਦਾ ਦਾਣਾ ਪਾਣੀ ਅੱਛੇ ਹੋ ਗਏ, ਕਬੂਤਰ ਬਹੁਤ ਜਾਣੀ ਕਿ ਅੱਛੇ ਹੋ ਗਏ। ਹੁਣ ਇਹ ਨੀ ਅਸੀਂ ਕਹਿ ਸਕਦੇ ਕਿ ਯਾਰ ਉਹਦੇ ਕੋਲ ਬਹੁਤ ਅੱਛੇ ਕਬੂਤਰ ਤੇ ਮੇਰੇ ਕੋਲ ਮਾੜੇ, ਹੁਣ ਹਰ ਬੰਦੇ ਕੋਲ ਚੰਗੇ ਕਬੂਤਰ ਨੇ, ਚੰਗੇ ਉਹਨਾਂ ਕੋਲ ਜਾਣੀ ਕਿ ਦਾਣੇ ਪਾਣੀ ਨੇ, ਹੁਣ ਜਿਹਨੂੰ ਅੱਲਾ ਦੇਵੇ
ਕਬੂਤਰ ਉੱਡਦੇ ਆ ਜਿਵੇਂ 11 ਉੱਡਦੇ ਨੇ 7 ਉੱਡਦੇ ਨੇ ਜਾਂ ਲਾਹੌਰ ਚ ਤੇ ਸ਼ੁਰੂ ਚ 7 ਹੀ ਕਬੂਤਰ ਯਾਨੀ ਕਿ ਉੱਡਦੇ ਨੇ ਅੱਛਾ ਠੀਕ 7-7 ਕਬੂਤਰ ਹੁੰਦੇ ਸਨ 28 ਮਈ ਤੋਂ ਯਾਨੀ ਕਿ ਦਿੱਸੀ ਯਾਨੀ ਕਿ ਸਟਾਰਟ ਬਾਜ਼ੀ ਘੜਦਾ ਵੱਧਦਾ ਕਬੂਤਰ ਵੀ ਪਾਉਂਦੇ ਸਨ ਲਾਹੌਰ ਚ ਇੱਕ 2 ਸਾਲ ਐਸੇ ਵੀ ਉੱਡੇ ਨੇ ਕਿ ਕਿਹਾ ਗਿਆ ਕਿ ਜਿਹੜੇ ਪਹਿਲੀ ਵਾਰ ਜਿਹੜਾ ਕਬੂਤਰ ਸ਼ਾਰਟ ਹੋ ਜਾਏਗਾ ਉਹ ਇੰਨੇ ਨਹੀਂ ਹੋਏਗਾ ਅੱਛਾ ਠੀਕ ਹੈ ਜੀ 2 ਸਾਲ ਐਸੇ ਵੀ ਹੋ ਯਾਨੀ ਕਿ ਉੱਡੇ ਨੇ ਅੱਛਾ ਕਬੂਤਰ ਜਿਹੜੇ ਗਿਣੇ ਗਏ ਨੇ ਮੋਹਰਾਂ ਮਸਲਨ ਜਿਹੜਾ ਪਹਿਲੀ ਬਾਜ਼ੀ ਜਿਹੜਾ ਕਬੂਤਰ ਪਏ ਨੇ ਨਾ ਉਹਨਾਂ 'ਚ ਜਿਹੜਾ ਕਬੂਤਰ ਸ਼ਾਰਟ ਹੋ ਗਿਆ ਠੀਕ ਹੋ ਗਿਆ ਉਹ ਬਾਜ਼ੀ ਇੰਨੀ ਵੀ ਨਹੀਂ ਯਾਨੀ ਕਿ ਪੈਣਾ ਅੱਛਾ ਨਵਾਂ ਲਗਾਉਣਾ ਅਗਲੀ ਬਾਜ਼ੀ ਜਿਹੜਾ ਸ਼ਾਰਟ ਹੋ ਤੁਸੀਂ ਪਾ ਸਕਦੇ ਹੋ ਅੱਛਾ ਪਹਿਲੀ 'ਚ ਨਹੀਂ ਪਾਣਾ ਪਹਿਲੀ 'ਚ ਨਹੀਂ ਪਾਣਾ ਤੇ ਡੱਕ ਬਾਈ ਡੱਕ ਹੁੰਦੀ ਸੀ ਡੱਕ ਡੱਕ ਬਾਈ ਡੱਕ ਮਤਲਬ ਅੱਜ ਉੱਡੀ ਕੱਲ ਨਹੀਂ ਉੱਡਣੀ ਪਰਸੋਂ ਉੱਡਣੀ ਹਾਂਜੀ ਹਾਂਜੀ ਲਾਹੌਰ 'ਚ ਸ਼ੁਰੂ ਤੋਂ ਇਸ ਤਰ੍ਹਾਂ ਦੀ ਬਾਜ਼ੀ ਹੁੰਦੀ ਇਸ ਤਰ੍ਹਾਂ ਹੀ ਹੁੰਦੀ ਹਾਂਜੀ ਇਹ ਤੁਹਾਡੇ ਕੋਲ ਜਿਹੜੇ ਕਬੂਤਰ ਸਨ ਇਹ ਕਿਹੜੇ ਆਰਾ ਦੇ ਸਨ ਉਸ ਵਕਤ ਸਿਆਲਕੋਟੀ ਕਬੂਤਰ ਸਨ ਅੱਛਾ ਹਾਂਜੀ ਪੂਰੇ ਲਾਹੌਰ 'ਚ ਸਿਆਲਕੋਟੀ ਕਬੂਤਰ ਨੂੰ ਬਹੁਤ ਜ਼ਿਆਦਾ ਜਾਣੇ ਜਾਂਦੇ ਕਿ ਉਹਨਾਂ ਨੇ ਬੜੀ ਹੁਕਮਰਾਨੀ ਕੀਤੀ ਉਹਨਾਂ ਕਬੂਤਰ ਸਿਆਲਕੋਟੀ ਕਬੂਤਰ ਤੇ ਹੈ ਸਨ ਲੇਕਿਨ ਕਿਹੜੇ ਆਰਾ ਦੇ ਜੋਂਥਰੇ ਸਨ ਬਟੇਰੇ ਸਨ ਚੂਹਾ ਕਬੂਤਰ ਸੀ ਚੂਹਾ ਬਟੇਰੇ ਸਨ ਵੈਸ਼ੀ ਸਨ ਵੈਸ਼ੀ ਹਾਂਜੀ ਇਹ 3-4 ਬਰੀਡ ਹੁਣ ਤੇ ਲੋਕੀ ਬਹੁਤ ਜ਼ਿਆਦਾ ਨਾ ਕਿਤੇ ਕੋਈ ਕਬੂਤਰ ਨਾ 35 ਵਾਲਾ ਹੋਣਾ ਖਲੋਤਾ ਤੇ 10 ਬੰਦੇ ਉਹਦੇ ਦੁਆਲੇ ਹੁੰਦੇ ਸਨ ਖਲੋਤੇ ਠੀਕ ਹੋ ਗਿਆ ਚੂਹਾ ਖਲੋਤਾ ਹੈ ਕਬੂਤਰ ਡੱਡੜ ਵੀ ਕਿਤੇ ਪਿਆ ਤੇ 20 ਬੰਦੇ ਲੈਣ ਨੂੰ ਖਲੋਤੇ ਨੇ ਇਹ ਵਕਤ ਵਕਤ ਦੀ ਗੱਲ ਹੈ ਹੁਣ ਟੈੜੀ ਖਲੋਤਾ ਹੋਵੇ ਮਾਂ ਵੀ ਖਲੋਤਾ ਹੋਵੇ ਤੇ ਭਾਜੀ ਉੱਤੇ ਪੂਰਾ ਮੇਲਾ ਖਲੋਤਾ ਹੁੰਦਾ ਨਹੀਂ ਇਸ ਤਰ੍ਹਾਂ ਜੀ ਚਲੋ ਉਦੋਂ ਇਹ ਤੇ ਕਬੂਤਰ ਤੇ ਠੀਕ ਸਨ ਤੁਹਾਡੇ ਲੇਕਿਨ ਉਦੋਂ ਜਿਹੜੇ ਸਨ ਇਹ ਕਿਹੜੇ ਜ਼ਿਆਦਾਤਰ ਕਿਹੜੇ ਉੱਡਦੇ ਸਨ ਸਿਆਲਕੋਟੀ ਕਬੂਤਰ ਜ਼ਿਆਦਾ ਉੱਡਦੇ ਨਹੀਂ ਵੈਸ਼ੀ ਵੈਸ਼ੀ ਤੁਹਾਨੂੰ ਕਿਹੜੇ ਪਸੰਦ ਸਨ ਮੈਨੂੰ ਉਸ ਟਾਈਮ ਨਾਲ ਜਿਹੜੇ ਮੋਤੀ ਵਾਲੇ ਕਬੂਤਰ ਜ਼ਿਆਦਾ ਪਸੰਦ ਸਨ ਲਾਲ ਮੋਤੀ ਲਾਲ ਮੋਤੀ ਦੁੰਮ 'ਚ ਲੱਸ ਵੀ ਹੁੰਦੀ ਸੀ ਲੱਸ ਹੁੰਦੀ ਸੀ ਜਿਹੜੇ ਸਿਆਲਕੋਟੀ ਅਸੀਂ ਕਬੂਤਰ ਵੇਖੇ ਨੇ ਸਾਡੇ ਕੋਲ ਇੱਥੇ ਵੀ ਉੱਡੇ ਨੇ ਸਿਆਲਕੋਟ ਵੀ ਉੱਡੇ ਨੇ ਅੱਛਾ ਉਹ ਖਟੀਕਾਂ ਵਾਲੇ ਕਬੂਤਰ ਸਨ ਜੌਂਸ ਦੇ ਸਨ ਇਹਨੇ ਲੰਬੇ ਲੰਬੇ ਉਹਨਾਂ ਦੇ ਜੌਂਸ ਸਨ ਉਹਨਾਂ ਦੀ ਦੁੰਮ 'ਚ ਪਹਿਲੇ ਪਰ 'ਚ ਨਾ ਇੰਨਾ ਕੁ ਪਰ ਕਾਲਾ ਹੁੰਦਾ ਸੀ ਅੱਛਾ ਐਂਡ ਤੇ ਜਾ ਕੇ ਪਹਿਲਾ ਪਰ ਅੱਧਾ ਸਫੇਦ ਤੇ ਅੱਧਾ ਕਾਲਾ ਟਿੱਕਾ ਟੈਪ ਹੁੰਦਾ ਸੀ ਔਰ ਦੁੰਮ ਥੱਲੇ ਬਹੁਤ ਸਾਰਾ ਕਾਲਾ ਜਿਹਾ ਪਾਉਣ ਹੁੰਦਾ ਸੀ ਬਹੁਤ ਸਲਮਾਨ ਅੰਟੀਕ ਕਬੂਤਰ ਸਨ ਹੁਣ ਤੇ ਉਹ ਕਬੂਤਰ ਦੀਵਾ ਵੀ ਲੈ ਕੇ ਲੱਭੋ ਤੋਂ ਕਬੂਤਰ ਨਹੀਂ ਲੱਭਦੇ ਤੇ ਜਿਹੜੇ ਸਨ ਆਪਣਾ ਮੋਤੀਆਂ ਵਾਲੇ ਜੀ ਜੀ ਇਹ ਨੀਲੀ ਅੱਖ 'ਚ ਸਨ ਜਾਂ ਇਹ ਇਹਨਾਂ ਦੀ ਕਲੇਜੀ ਟੈਪ ਸੀ ਯਾਨੀ ਕਿ ਅੱਖ ਸੀ ਕਲੇਜੀ ਟੈਪ ਯਾਨੀ ਕਿ ਅੱਖ ਸੀ ਠੀਕ ਹੋ ਗਿਆ ਡੋਰਾ ਵੀ ਐਸੀ ਵਿੱਚ ਕਲੇਜੀ ਅੱਛਾ ਬਹੁਤ ਖੂਬਸੂਰਤ ਕਬੂਤਰ ਬਹੁਤ ਅੱਛੇ ਕਬੂਤਰ ਠੀਕ ਹੋ ਹਾਂਜੀ ਅੱਛਾ ਸਾਹ ਜੀ ਉਹਦੇ ਹੋ ਗਏ ਚਲੋ ਠੀਕ ਹੈ ਕਬੂਤਰ ਉਸ ਤੋਂ ਬਾਅਦ ਦੇ ਵਿੱਚ ਕੋਈ ਐਸਾ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਮੋੜ ਆਇਆ ਹੋਇਆ ਜਿੱਥੋਂ ਤੁਸੀਂ ਕਿਹਾ ਕਿ ਯਾਰ ਇਹ ਵੱਜ ਜਾਣੀ ਜਾਂ ਕੋਈ ਐਸੀ ਗੱਲ ਹਾਂ ਐਸਾ ਆਇਆ ਮੋੜ ਉਹ ਇਸ ਤਰ੍ਹਾਂ ਆਇਆ ਯਾਨੀ ਕਿ ਮੋੜ ਕਿ ਮੈਂ ਨਾ ਬੜੇ ਐਕਸਪੈਂਸਿਵ ਕਿਸਮ ਦੇ ਕਬੂਤਰ ਜਦੋਂ ਮੈਂ ਮੈਟਰ ਯਾਨੀ ਕਿ ਮੈਂ ਕੀਤਾ ਨਾ ਜੀ ਗੁਜਰਾਂ ਵਾਲੇ ਮੈਂ ਜੋੜੇ ਜਾ ਕੇ ਲਿਆਇਆ 12 ਜੋੜੇ ਅੱਛਾ ਤੇ ਬੜੇ ਕਾਸਟਲੀ ਉਦੋਂ ਹੋਂਡਾ ਮੋਟਰਸਾਈਕਲ 70 ਨਾ ਛੋਟੇ ਮੀਟਰ ਵਾਲੀ ਜੀ ਇਹ 6900 ਰੁਪਏ ਦੀ ਸੀ ਅੱਛਾ ਜੀ ਸਰ ਇਹ 6900 ਰੁਪਏ ਦੀ ਸੀ ਤੇ ਮੇਰੇ ਵਾਲਦ ਸਾਹਿਬ ਨੇ ਮੇਰੇ ਵੱਡੇ ਭਾਈ ਨੂੰ ਕਿਹਾ ਕਿ ਯਾਰ ਸੂਬੇ ਨੂੰ ਕਾਲਜ ਜਾਣਾ ਤੈਨੂੰ ਮੋਟਰਸਾਈਕਲ ਲਿਆ ਕੇ ਦੇ ਕਾਲਜ ਜਾਵੇ ਕਰ ਤੇ ਮੈਂ ਆਪਣੇ ਭਰਾ ਨਾਲ ਹੱਟੀ ਸੱਟੀ ਲਾ ਲਈ ਮੈਂ ਕਿਹਾ ਤੂੰ ਮੋਟਰਸਾਈਕਲ ਛੱਡ ਮੈਂ ਅੱਗੇ ਦੀ ਯਾਨੀ ਕਿ ਬੱਸ ਬੁੱਸ ਤੇ ਮੈਂ ਚਲਾ ਜਾਂਦਾ ਗੁਜਰਾਂ ਵਾਲੇ ਮੈਂ ਇੱਕ ਬੰਦੇ ਉਹ ਕਬੂਤਰ ਆਇਆ ਵੇਖ ਕੇ ਅੱਛਾ ਉਹ ਕਬੂਤਰ ਅਸੀਂ ਲੈ ਗਏ ਨੇ ਦੋਨੋਂ ਭਰਾ ਤੇ ਸਾਡਾ ਕੰਮ ਸਾਡਾ ਸਮਝ ਦੇ ਸਕੂਲ ਤੇ ਮੈਂ ਚਲੇ ਜਾਵਾਂਗਾ ਮੈਂ ਕਾਲਜ ਤੇ ਮੈਂ ਤੋਂ ਇੱਕ ਮੋਰੀਆ ਪੁਲ ਤੋਂ ਬਹਿਣ ਤੇ ਪਾਰਟੀ ਚਲੇ ਗਏ ਪਾਰਟੀ ਅੱਗੋਂ ਨਾਲ ਹੀ ਸਲਾਮੀ ਕਾਲਜ ਸੀ ਉਹਦੇ ਤੇ ਸਟੂਡੈਂਟ ਦੌਰ ਸੀ ਠੀਕ ਹੋ ਗਿਆ ਉਹ ਮੇਰਾ ਭਰਾ ਵੀ ਕਿਉਂਕਿ ਯਾਨੀ ਕਿ ਇਸ ਕਬੂਤਰ ਬਾਈ ਦਾ ਸ਼ੌਕ ਸੀ ਉਹ ਸਕੋਰੀ ਹੀ ਐਗਰੀ ਹੋ ਗਿਆ ਠੀਕ ਹੋ ਗਿਆ ਉਹਨੇ ਕਿਹਾ ਯਾਰ ਅੱਬਾ ਹੀ ਨੂੰ ਕਹਿਣਾ ਮੈਂ ਕਿ ਉਹ ਦੋਨੋਂ ਰਲ ਮਿਲ ਕੇ ਕੋਈ ਨਾ ਕੋਈ ਬਹਾਨਾ ਪਾ ਲਾਂਗੇ ਕਬੂਤਰ ਲੈ ਉਦੋਂ ਸਲਮਾਨ ਨਾਲ ਫਲਾਈ ਕੋਚ ਨਵੀਂ ਯਾਨੀ ਕਿ ਚੱਲੀ ਸੀ ਠੀਕ ਹੋ ਗਿਆ ਇਹ ਫਲਾਈ ਕੋਚ ਜਿਹੜਾ ਬੰਦਾ ਸਫ਼ਰ ਕਰ ਰਹੇ ਮਹੱਲੇ ਆ ਕੇ ਉਹਦੀ ਟਿਕਟ ਆ ਕੇ ਸੁੱਟਦਾ ਕੋਈ ਨਹੀਂ ਸੀ ਅੱਛਾ ਆ ਇਹ ਡਟੈਸਬਾਦੀ ਕਰੀ ਮੈਂ ਫਲਾਈ ਕੋਚ ਬੈ ਕੇ ਅੱਛਾ ਜੀ ਉਹ ਅਸੀਂ ਕਬੂਤਰ ਲਿਆਏ ਉਹਨਾਂ ਨੂੰ ਅਸੀਂ ਸਾਲ ਡੇਢ ਸਾਲ ਉਹਨਾਂ ਦੀ ਬਰੀਡਿੰਗ ਕਰਾਈ ਅੱਛਾ ਬੜੇ ਬੜੇ ਨਾਮਵਰ ਸਾਧ ਉਹਨਾਂ 'ਚ ਕਿਹੜੇ ਆਰਾਂ ਦੇ ਕਬੂਤਰ ਸਨ ਸੋ ਥੋੜਾ ਸਰ ਉਹਨਾਂ 'ਚ ਛੱਤ ਵਾਲੇ ਸਨ ਕਬੂਤਰ ਸਿਆਲਕੋਟੀ ਸਿਆਲਕੋਟੀ ਠੀਕ ਹੋ ਗਿਆ ਮੋਤੀਆਂ ਵਾਲੇ ਸਿਆਲਕੋਟੀ ਹਾਂਜੀ ਚੂਹੇ
चूहे ये तीन ब्रीडां ना तीन ही बड़े एक्सपेंसिव किस्म के कबूतर सन माशाल्लाह अच्छा इन्हां दीआं नलियां ऐ सन जिस तरह कालियां सिया ठीक हो गया हां जी उत्ते पूरा मोम उन्हां दे उत्ते यानी कि चढ़ा दे कबूतर जरा खुश पाने परां दे परे ते बिलकुल इंज फड़ो ना कबूतर ते कबूतर बंद हो जांदा इस तरह मुठ पिछो अगो चौड़ा पिछो बरीक मैं कहना जी पार ही पार कबूतर इंज तुसी पार फड़ कबूतर विचो गया यानी कि गैप ही हो गए अच्छा जी ठीक इस तरह दे कबूतर सनो सियालकोट ठीक हो गया सर उन्हां दी ब्रीड सी कढ़ाई साल डेढ़ साल उन्होंने कढ़ा के बच्चे बुच्चे उत्ते पक्के छके असी कीते उड़ाए डोए बालियां ला 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 लियां अच्छा ओ बालियां लईयां ला ते जदों हुण वसाख तो बहिंदे ने तीन चार बजे तक अच्छा असी बड़े चौड़े के लै भी कबूतर ते छड़दे नहीं जो ही जेठ दा पहली जानी कि आई ना जी उन्हां कबूतरां ने रिवर्स गेयर डालता दाना पानी होई अच्छा मेहनत होई ओही लेकिन ओ कबूतर ने बैक कर दित्ती हुण साडे कबूतर 9 10 बजे बह रहे ने ओ तो सारे जानदे ने बे बे नहीं बे बे अच्छा मेरे कल्ले सी पेंदे सारे जानदे ने ठीक हो गया लो सर ओ कबूतरां ने मेरे कोल ना साडे क्योंकि साडे इलाके च मेहर साहब ने अच्छा इना ने 1962-63 कसूरी कबूतर इना दे कोल आ चुके सन ठीक हो गए ते ओ उना दा शो कर रहे सन अच्छा ते ओ मेरे को मेरा आया यानी के दोस्त ओदो साइकिल दा यानी के ज्यादा दोस्त दौर ओदो साइकिल दा पैगाम रसा आया ना कि उन साइकिल फड़ी है जी उन तेनु रिपोर्ट दित्ती है भी ओदे तीन बैग नहीं ओदे चार होते नहीं ते सकी इक फिर साइकिल नु खिची आई नु ओ इक पैगाम रसा आया ते उन मेनू किया कि साथ जी मैं क्या हां जी मैं क्या सुनाओ मैं कहा यार बैग ने ते कबूतर लगे सामने कबूतरों दा बुरा ही हाल इंजे करण पे अच्छा असि उन नु पाए सीधे पदरे कारियां जी कोई केवल जी ढाबी चल गई है कोई केवल जी कोई हो गया कोई कोई कुछ हो गया ओन मेनू किया कि मेहरा दे दो कबूतर ना आके फिरदे पे अच्छा मैं क्या फिरदे पे ने कहंदा जी दो मेहर अपना असगर साहब असगर साहब उन्होंने दो कबूतर ने पहले आके फिरदे पे ते पांच उन्होंने बंद ने बड़े अच्छे खिलाड़ी ने हां जी ते एक सवा एक दा टाइम अच्छा मैं कि मेनू बड़ा क्रेज होया मैं कह यार इन्हों सांभ के ना ਤੇ ਜਾ ਕੇ ਕਬੂਤਰ ਤੇ ਦੇਖੀ ਉਹ ਕਿਹੜੇ ਕਬੂਤਰ ਨੇ ਕਿਹੜੇ ਆਰਾ ਦੇ ਕਬੂਤਰ ਇਹ ਵੀ ਕਬੂਤਰ ਨੇ ਉਹ ਵੀ ਕਬੂਤਰ ਨੇ ਜਾ ਕੇ ਚੈੱਕ ਤੇ ਕਰਨਾ ਚਾਹੀਦਾ ਨਾ ਠੀਕ ਹੋ ਗਿਆ ਜਿਹੜਾ ਨਾ ਇੱਕ ਪੁਆਇੰਟ ਜੀ ਤੇ ਇਨਸਾਨ ਦੀ ਸੋਚ ਜੀ ਇਹ ਹੀ ਉਹਨੂੰ ਲੈ ਕੇ ਇੱਚ ਚੱਲਦੀ ਹੈ ਤੇ ਤਾਂ ਹੀ ਦਰਵਾਜ਼ੇ ਖੁੱਲਣੇ ਸ਼ੁਰੂ ਹੁੰਦੇ ਬਿਲਕੁਲ ਸਹੀ ਗੱਲ ਇਨਸਾਨ ਦੇ ਵਿੱਚ ਸੋਚ ਥਿੰਕਿੰਗ ਹੁੰਦੀ ਹੈ ਜੀ ਬਿਲਕੁਲ ਤੇ ਫੇਰ ਹੀ ਉਹ ਦਰਵਾਜ਼ੇ ਖੁੱਲਣੇ ਸ਼ੁਰੂ ਹੁੰਦੇ ਨੇ ਬਿਲਕੁਲ ਸਹੀ ਤੇ ਜੇ ਮੈਂ ਕਹਾਂ ਮੈਂ ਬੈਠੇ ਹੀ ਇੱਥੇ ਸਾਰੇ ਜਾਣਦੇ ਮੈਂ ਦਰਵਾਜ਼ੇ ਖੋਲਣਾ ਤੇ ਮੈਂ ਨਹੀਂ ਖੋਲਦਾ ਨਹੀਂ ਖੋਲ ਸਕਦਾ ਮੈਨੂੰ ਕਿਤੇ ਜਾਣਾ ਆਣਾ ਪਏਗਾ ਜਾਣਾ ਸਟਰਗਲ ਤੇ ਕਰਨੀ ਪਏਗਾ ਮੈਂ ਕਿਸੇ ਦੇ ਘਰ ਜਾਵਾਂਗਾ ਜਾ ਕੇ ਬੈਲ ਜਾਵਾਂਗਾ ਤਾਂ ਬੂਹਾ ਕੋਈ ਖੋਲੇਗਾ ਸਟਰਗਲ ਤੇ ਕਰਨੀ ਹਾਂਜੀ ਬਿਲਕੁਲ ਉਹ ਸਰ ਮੈਂ ਉੱਥੇ ਗਿਆ ਤੇ ਜਦੋਂ ਮੈਂ ਸਲਮਾਨ ਸਾਹਿਬ ਉੱਥੇ ਪਹੁੰਚਿਆ ਡੇਢ ਕੁ ਵਜੇ ਦਾ ਟਾਈਮ ਸੀ ਦੋ ਕਬੂਤਰ ਫਿਰਨ ਪਏ ਤੇ ਉਹ ਫਿਰਦੇ ਕਿਸ ਤਰ੍ਹਾਂ ਪਏ ਦੋ ਨੇ ਇਕੱਠੇ ਤੇ ਉੱਚੇ ਹੋਏ ਹੁੰਦੇ ਨੇ ਅੱਛਾ ਤੇ ਫਿਰ ਬੜੀ ਅੱਛੀ ਪ੍ਰਵਾਦ ਹੁੰਦੀ ਹੈ ਸਰ ਇਹ ਜਿਹੜੇ ਕਬੂਤਰਾਂ ਦੀ ਚਾਲ ਹੈ ਨਾ ਜੀ ਇਹ ਸਾਨੂੰ ਡਿਵੈਲਪ ਕਰਦੇ ਆ ਸਾਰੇ ਕਬੂਤਰ ਬਾਜ਼ਾਂ ਨੂੰ 20-25 ਸਾਲ ਲੱਗੇ ਨੇ ਅੱਛਾ ਸਾਰੇ ਘਰਾਂ ਨੂੰ ਉਹ ਪਹਿਲੇ ਜੇ ਐ ਸਨ ਐ ਸਨ ਐ ਲੱਗੇ ਤੋਤਾ ਨੀ ਪਲਚਾ ਚਲਾਉਂਦਾ ਪਾਣੀ ਲੱਭਣ ਵਾਲੇ ਇਹ ਕੁੰਦਾ ਪੂਰਾ ਚਲਾਣਾ ਠੀਕ ਹੋ ਗਿਆ ਪਹਿਲੇ ਕਬੂਤਰ ਪੂਰੇ ਕੁੰਦੇ ਮਾਰਦੇ ਰਹੇ ਨੇ ਠੀਕ ਹੋ ਗਿਆ ਫੇਰ ਕਬੂਤਰ ਆਏ ਨੇ ਬਾਹਰ ਦੀਆਂ ਚਾਰ ਚਾਰ ਪੰਜ ਪੰਜ ਜਣ ਕੇ ਗਲੀਆਂ ਲਏ ਐ ਤੁਸੀਂ ਇਹਨਾਂ ਨੂੰ ਪਸੰਦ ਕੀਤਾ ਪ੍ਰਮੋਟ ਹੋਏ ਨਹੀਂ ਮੈਂ ਹੁਣ ਮੈਂ ਦੇਖਿਆ ਮੈਂ ਕਿਹਾ ਯਾਰ ਇਹ ਜਿਹੜੇ ਕਬੂਤਰ ਨੇ ਦੇਖੋ ਅਨਥਕ ਕਬੂਤਰ ਨੇ ਡੇਢ ਵਜੇ ਦਾ ਟਾਈਮ ਹੋਇਆ ਸਰ ਉਹ ਪੌਣੇ ਕੁ ਦੋ ਵਜੇ ਕਬੂਤਰ ਬੈਠੇ ਨੇ ਰੋਗਨੀ ਕਰਦੇ ਇਹ ਵੀ ਥੋੜੇ ਨਵੇਂ ਦੋਸਤਾਂ ਨੂੰ ਪਤਾ ਲੱਗਿਆ ਕਿ ਕਿਵੇਂ ਰੋਗ ਇਹ ਨਾਰਮਲ ਕਬੂਤਰ ਦੀ ਨਿਸ਼ਾਨੀ ਹੈ ਜਿਹੜਾ ਅਗਲੇ ਦਿਨ ਵਾਸਤੇ ਤਿਆਰ ਹੈ ਅੱਛਾ ਜਿਸ ਕਬੂਤਰ ਨੇ ਬਹਿ ਕੇ ਰੋਗਨੀ ਕਰਨੀ ਨਾ ਉਹ ਸਮਝ ਲਓ ਕਿ ਅਗਲੀ ਬਾਜਵੇ ਤਿਆਰ ਹੋਦਾ ਉਹਦਾ ਸਟਮਕ ਉਹਦੀ ਸਟਰਕਚਰ ਉਹਦੀ ਹਰ ਚੀਜ਼ ਠੀਕ ਹੈ ਠੀਕ ਹੈ ਉਹਨੂੰ ਤੂੰ ਜੋ ਜੋ ਦੇਣਾ ਨਾ ਉਹਨੂੰ ਖਿਚਾਈ ਕਰਨੀ ਹੈ ਠੀਕ ਹੋ ਤੇ ਜਿਸ ਭਲਵਾਨ ਨੇ ਆ ਕੇ ਰੋਗਨੀ ਨਹੀਂ ਕਰਨੀ ਤੇ ਆ ਕੇ ਟੰਗਾਂ ਜਾ ਕੇ ਬਹਿ ਜਾਣਾ ਉਹ ਤੈਨੂੰ 3-4-5 ਘੰਟੇ ਲਾਣੇ ਪੈਣੇ ਮਿਹਨਤ ਕਰਨੀ ਪੈਣੀ ਇਹਦੀ ਤੈਨੂੰ ਅਗਲੀ ਬਾਜ਼ੀ ਫੇਰ ਆ ਜਾਣੀ ਰੋਗਨੀ ਸਾਰੇ ਪਰਾਂ ਨੂੰ ਕਰਦੇ ਨੇ ਇਹ ਤੇ ਜ਼ਿਆਦਾ ਕੰਡੇ ਨੂੰ ਕਰਦੇ ਅੱਛਾ ਕੰਡੇ ਤੋਂ ਲਿਆਉਂਦੇ ਨਾ ਕੰਡੇ ਉਹ ਤੇਲ ਉਹ ਰੋਗਨੀ ਚੁੱਕ ਕੇ ਲਿਆਉਂਦੇ ਨੇ ਹਾਂਜੀ
कंडे तो रोगन चुक लिया लेकिन सारे पर अपने जेडे पर पर कोई उडार फसे होंगे ना जिस तरह असि कि जाने बोधा बोधा ते वाहन भी अपने आगे वाल बोल ठीक कर अपने वाल बने बहन साथ ही अपना करके ना तुर के उन्होंने उस जगह ते आना जिथो उन्होंने अंदर बढ़ना जिथे जगह इन्होंने कबूतर च क्वालिटी है ठीक हो गए ਜਿਹੜੇ ਹੁਣ ਦੇ ਕਬੂਤਰ ਨੇ ਠੀਕ ਹੋ ਗਿਆ ਉਹ ਸਰ ਕਬੂਤਰ ਵੇਖੇ ਤੇ ਮੈਂ ਸਲਮਾਨ ਘਰ ਆ ਕੇ ਮੈਂ ਕਿਹਾ ਯਾਰ ਮੈਂ ਕਿਹਾ ਉਹਨੇ ਪਾਦੀਆਂ ਜਾਂਦੀ ਨੇ ਖਤਮ ਹੋ ਤੇ ਕੋਈ ਸਿਲੇਬਸ ਚੇਂਜ ਕਰਨਾ ਪਏਗਾ ਉਹ ਗੁਜਰਾਲੇ ਵਾਲੇ ਜਿਹੜੇ ਕਬੂਤਰ ਸਰ ਹਾਂਜੀ ਉਹ ਵੀ ਅੱਛੇ ਕਬੂਤਰ ਦਿੰਦੇ ਉਹ ਜੀ ਜਦੋਂ ਮੈਂ ਸਲਮਾਨ ਮੈਟ੍ਰਿਕ ਤੇ ਮੈਂ ਕਿਨ ਕੀਤਾ ਨਾ ਜੀ ਤੇ ਉਦੋਂ ਮੇਰੇ ਵਾਲਦ ਸਾਹਿਬ ਨੇ ਕਿਹਾ ਯਾਰ ਤੂੰ 2-2.5 ਮਹੀਨੇ ਘਰ ਹੈ ਠੀਕ ਹੋ ਤੇ ਤੂੰ ਇਸ ਤਰ੍ਹਾਂ ਕਰਨਾ ਕਿ ਤੂੰ ਟਾਈਪਸ ਜਾਨ ਕੇ ਸਿੱਖ ਸ਼ਾਰਟ ਹੈਂਡ ਸਿੱਖ ਠੀਕ ਹੋ ਗਿਆ ਹੁਣ ਉਹ ਕਿੱਥੇ ਤਲੀਮ ਹੈਗੀ ਨਹੀਂ ਹੈਗੀ ਹੁਣ ਉਹ ਤੁਹਾਨੂੰ ਟਾਈਪਿੰਗ ਮਸ਼ੀਨਾਂ ਕਿਤੇ ਨਜ਼ਰ ਵੀ ਨਹੀਂ ਆਉਂਦੀ ਨਹੀਂ ਕਿਧਰੇ ਕਚਹਿਰੀਆਂ ਚ ਜਾ ਕੇ ਨਜ਼ਰ ਆਉਂਦੀਆਂ ਆਉਂਦੀਆਂ ਲੇਕਿਨ ਇਹ ਕਿ ਹੁਣ ਦੌਰ ਚੇਂਜ ਹੋ ਗਿਆ ਚੇਂਜ ਹੋ ਗਿਆ ਉਹ ਆਪਣੇ ਦੌਰ ਦੇ ਬਾਦਸ਼ਾਹ ਕਬੂਤਰ ਸਨ ਠੀਕ ਹੋ ਗਿਆ ਹੁਣ ਉਹ ਵੀ ਸਾਡੇ ਅਸਾਫਜ਼ਾਨ ਬਿਲਕੁਲ ਮੈਂ ਕਬੂਤਰ ਨੂੰ ਵੀ ਆਪਣਾ ਉਸਤਾਦ ਕਿਹਾ ਮੰਨਿਆ ਮੈਂ ਜਿਹੜਾ ਮੈਂ ਦੇਖੋ ਜੀ ਕਿਤਾਬ ਹੈ ਨਾ ਜਿਹੜਾ ਮਾਸਟਰ ਸਾਨੂੰ ਪੜ੍ਹਾ ਰਿਹਾ ਉਹਦਾ ਜਿਹੜਾ ਆਨਸਰ ਉਹ ਤੇ ਕਿਤਾਬ ਦੇ ਲਿਖਿਆ ਨਾ ਉੱਤੇ ਲਿਖਿਆ ਅਸੀਂ ਕਿਤਾਬ ਨੂੰ ਘਰ ਜਦੋਂ ਅਸੀਂ ਟੀਚਰ ਨੂੰ ਸਕੂਲ ਛੱਡ ਜਾਂਦਾ ਹਾਂ ਹੁਣ ਸਾਨੂੰ ਕਿਹਾ ਜੀ ਫਲਾਣਾ ਫਲਾਣਾ ਸਵਾਲ ਉਹ ਤੇ ਅਸੀਂ ਕਿਤਾਬ ਹੀ ਖੋਲ ਲੈਣਾ ਤੇ ਕਬੂਤਰ ਨੂੰ ਮੈਂ ਕਿਤਾਬ ਕਹਿਣਾ ਹਾਂ ਕਿਤਾਬ ਖੋਲਾਂਗੇ ਇਹਨੂੰ ਅਸੀਂ ਪੜ੍ਹਾਂਗੇ ਕਿ ਯਾਰ ਇਹ ਕਬੂਤਰ ਮੇਰਾ ਪ੍ਰਵਾਸ ਕਰ ਰਿਹਾ ਜਾਂ ਮੇਰਾ ਬੱਚੇ ਉਡਾ ਰਿਹਾ ਇਸ ਕਬੂਤਰ ਦੇ ਵਿੱਚ ਐਕਸਟਰਾ ਆਰਡਨਰੀ ਕਿਹੜਾ ਪੁਆਇੰਟ ਹੈ ਜਿਹੜਾ ਇਹ ਕੰਮ ਕਰ ਰਿਹਾ ਇਹ ਕਬੂਤਰ ਉੱਡ ਰਿਹਾ ਤੇ ਉੱਡ ਰਿਹਾ ਤੇ ਆ ਰਿਹਾ ਇਹ ਜਿਹੜਾ ਕਬੂਤਰ ਇਹ ਬੱਚਾ ਜਿਹੜਾ ਕੱਢ ਰਿਹਾ ਉਹ ਦੁਨੀਆਂ ਦੇ ਉੱਤੇ ਉਹਦਾ ਨਾਂ ਹੋ ਰਿਹਾ ਫਿਰ ਉਸ ਕਿਤਾਬ ਨੂੰ ਬਾਰ ਬਾਰ ਪੜ੍ਹਨਾ ਪੈਂਦਾ ਉਹ ਮੈਂ ਕਬੂਤਰਾਂ ਤੋਂ ਕੀਤਾ ਪਾਲਣ ਕੀਤੀ ਮੈਂ ਹਰ ਰੰਗ ਨਸਲ ਦੇ ਕਬੂਤਰ ਨੂੰ ਕਿਉਂਕਿ ਹਰ ਕਬੂਤਰ ਦਾ ਜਿਹੜੀ ਨਸਲ ਹੈ ਨਾ ਉਹਦਾ ਕੁੰਡਾ ਵੀ ਉਹੋ ਜਿਹਾ ਉਹਦਾ ਸਟਰਕਚਰ ਵੀ ਉਹੋ ਜਿਹਾ ਹੁਣ ਅਸੀਂ ਲੋਕਾਂ ਨੇ ਪਤਾ ਕੀ ਕੀਤਾ ਹੁਣ ਅਸੀਂ ਜਿਹੜੇ ਕਬੂਤਰ ਬਣਾਏ ਨਾ ਜਿਹੜੇ ਸਾਰੇ ਜਾਨ ਨੇ ਬਣਾਏ ਨੇ ਉਹਨਾਂ ਨੇ ਆਪਣੀ ਪਸੰਦ ਦਾ ਕੁੰਡਾ ਆਪਣੀ ਪਸੰਦ ਦਾ ਹੱਡੀ ਜੋੜ ਠੀਕ ਹੋ ਗਿਆ ਉਹਨਾਂ ਕਬੂਤਰਾਂ ਚ ਕਨਵਰਟ ਕੀਤਾ ਠੀਕ ਹੋ ਗਿਆ ਉਹ ਅੱਛੇ ਕਬੂਤਰ ਪਾ ਕੇ ਨਾ ਉਹ ਹੁਣ ਇਸ ਮੁਕਾਮ ਤੇ ਆ ਗਏ ਨੇ ਕਿ ਹੁਣ ਦੇਖੋ 0 ਕਲੀ 2 ਕਲੀ ਦੇ ਬੱਚੇ 7-28 7-16 ਜੀ ਇੱਥੇ ਵੱਡੇ ਨਹੀਂ ਸੀ ਬਹਿੰਦੇ ਹੁਣ ਲੋਕਾਂ ਦੇ ਬਾਹਰ ਬਹਿੰਦੇ ਬੱਚੇ ਬਹਿੰਦੇ ਪਏ ਕਸੂਰ ਬੇਸ਼ੁਮਾਰ ਕਬੂਤਰ ਜਿਨ ਸਲਮਾਨ ਕੋ ਲੈ ਕੇ ਜਾਣਾ ਉਹਨੂੰ ਸਲਮਾਨ ਦਾ ਹੀ ਨਾਂ ਲੈ ਲੈਣਾ ਨਾ ਬਿਲਕੁਲ ਸਹੀ ਗੱਲ ਬਿਲਕੁਲ ਠੀਕ ਹੈ ਨਾ ਜੀ ਉਹ ਕਬੂਤਰ ਜਿਸ ਘਰੋਂ ਆਏ ਸਨ ਉਹ ਉਹਨਾਂ ਇਹਨਾਂ ਕਬੂਤਰਾਂ ਨੇ ਸਾਡੇ ਲਾਹੌਰ ਦੇ ਵਿੱਚ ਬਹੁਤ ਦੇਰ ਹੁਕਮਰਾਨੀ ਕੀਤੀ ਹੈ ਅੱਜ ਵੀ ਜਿਨ੍ਹਾਂ ਕੋਲੋਂ ਇਹ ਕਬੂਤਰ ਹੈ ਨੇ ਮਹਿਰਾਂ ਵਾਲੇ ਟੈਡੀ ਅਮਾਮਦੀਨ ਕਮਕਰ ਕਬੂਤਰ ਇਹਨਾਂ ਨੇ ਉਹ ਕਾਮਯਾਬ ਹਾਂਜੀ ਅੱਛਾ ਸਰ ਜੀ ਇੱਕ ਹੋਰ ਛੋਟੀ ਜਿਹੀ ਗੱਲ ਤੁਹਾਡੇ ਕੋਲ ਪੁੱਛੀ ਹੈ ਕਬੂਤਰ ਵੇਖੋ ਰੱਖੇ ਹਰ ਬੰਦੇ ਨੇ ਲੇਕਿਨ ਅਸੀਂ ਇਹ ਦੱਸਣਾ ਦੋਸਤਾਂ ਨੂੰ ਕਿ ਕਬੂਤਰ ਅਸਲ ਕਿਹੜਾ ਕਬੂਤਰ ਉੱਡਣ ਵਾਲਾ ਥੋੜੀ ਜੀ ਇਹ ਦੱਸੋ ਤੇ ਕੀ ਹੋਣਾ ਚਾਹੀਦਾ ਉਹਦੇ ਪੁਆਇੰਟ ਕਿਹੜੀ ਚੀਜ਼ ਅਹਿਮ ਹੈ ਜਿਹੜੀ ਉੱਡਣ ਚ ਵੀ ਕੰਮ ਦੇਵੇ ਜਾਂ ਜਿਹੜੀ ਜੋੜੇ ਚ ਵੀ ਕੰਮ ਦੇਵੇ ਦੇਖੋ ਜੀ ਕਬੂਤਰ ਦਾ ਸਨਮਾਨ ਸਭ ਤੋਂ ਪਹਿਲੇ ਨਾ ਉਹਦਾ ਮਲੈਮ ਹੋਣਾ ਬਹੁਤ ਜ਼ਰੂਰੀ ਹੈ ਮਲੈਮੀਆਂ ਤੁਸੀਂ ਉਹਨੂੰ ਫੜੋ ਨਾ ਕਬੂਤਰ ਨੂੰ ਜੀ ਤੇ ਤੁਹਾਨੂੰ ਪਤਾ ਲੱਗੇ ਤੁਸੀਂ ਕੋਈ ਪਾਊਡਰ ਜਿਹਾ ਫੜ ਲਿੱਤਾ ਆਇਲ ਫੜ ਲਿੱਤਾ ਤੁਹਾਡੇ ਹੱਥੋਂ ਕਬੂਤਰ ਤਿਲਕੇ ਉਹਨੂੰ ਉਸਤਾਦ ਕੀ ਆਪਣੇ ਲਫ਼ਜ਼ਾਂ ਵਿੱਚ ਕਹਿੰਦਾ ਕਿ ਇਹ ਕਬੂਤਰ ਪ੍ਰੇਲ ਹੈ ਪ੍ਰੇਲ ਤੋਂ ਮੁਰਾਦ ਹੈ ਪਰਾਂ ਦਾ ਪਰਿਆ
ਜਿਹੜਾ ਪਰੇਲ ਕਬੂਤਰ ਹੋਏਗਾ ਨਾ ਉਹਦੇ ਤਨ ਦੇ ਉੱਤੇ ਬਾਲ ਜ਼ਿਆਦਾ ਹੋਣਗੇ, ਉਹ ਕਬੂਤਰ ਟੈਂਪਰੇਚਰ ਤੇ ਕਬੂਤਰ ਨੇ ਬਰੀਡ ਚ ਵੀ ਉਹ ਕੰਮ ਆਣਗੇ, ਉਡਾਨ ਚ ਵੀ ਉਹ ਕੰਮ ਆਣਗੇ। ਜਿਸ ਕਬੂਤਰ ਦੇ ਤਨ ਦੇ ਉੱਤੇ ਬਾਲ ਘੱਟ ਨੇ ਉਹ ਖੁਸ਼ਕ ਕਬੂਤਰ ਹੈ, ਉਹ ਪਰਵਾਜ਼ੀ ਨਹੀਂ ਹੋ ਸਕਦਾ, ਬਰੀਡਰ ਨਹੀਂ ਹੋ ਸਕਦਾ। ਉਸਤਾਦ ਜੀ ਇੱਕ ਹੋਰ ਗੱਲ, ਜਿਵੇਂ ਤੁਸੀਂ ਦੱਸੀ ਹੈ ਕਿ ਲੱਤਾਂ ਦੇ ਮੂੰਹ ਹੋਣਾ ਚਾਹੀਦਾ, ਹਾਂਜੀ ਉਹ ਕੀ ਪੁਆਇੰਟ ਹੈ? ਦੇਖੋ ਜੀ ਉਹ ਜਿਹੜਾ ਪੁਆਇੰਟ ਹੈ ਨਾ, ਉਹ ਜਿੰਨਾ ਕਬੂਤਰਾਂ ਚ ਉਹ ਪੁਆਇੰਟ ਆਉਂਦਾ, ਕੁਛ ਕਬੂਤਰਾਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਮਸਲਾ ਅਸੀਂ ਕਿਤੇ ਜਾਂਦੇ ਹਾਂ, ਮੈਂ ਤੇ ਸਲਮਾਨ ਕਿਸੇ ਦੇ ਉੱਡਣ ਵਾਲੇ ਕਬੂਤਰਾਂ ਦਾ ਸ਼ੋਅ ਕਰਨੇ ਪਿਆ ਜੀ, ਤੇ ਉਹ ਸਾਨੂੰ ਮਾਲਕ ਨੂੰ ਨਾ ਸਾਨੂੰ ਦੱਸਿਆ, ਅਸੀਂ ਮਾਲਕ ਨੂੰ ਆਪ ਦੱਸੀ ਤੇਰਾ ਕਬੂਤਰ ਹੈ ਉੱਡਿਆ, ਕਿੰਨੇ ਵਜੇ ਤੱਕ ਤੇਰਾ ਯਾਨੀ ਕਿ ਉੱਡਿਆ, ਠੀਕ ਹੋ ਗਿਆ। ਉਹਦੇ ਵਿੱਚ ਦੋ ਸਾਲ ਤਿੰਨ ਸਾਲ ਕਬੂਤਰ ਹੋਇਆ ਨਾ ਉੱਡਿਆ, ਤੇ ਉਹ ਬਗਲ ਦੇ ਜਿਹੜਾ ਕੁੰਡੇ ਦਾ ਪਹਿਲਾ ਪਰ ਹੈ ਨਾ, ਤੇ ਉਹਦੇ ਨਾਲ ਬਗਲ ਦੇ ਪਰ ਨੇ ਦੋ ਤਿੰਨ ਪਰ, ਉਹਨਾਂ ਨੂੰ ਮਰੋੜੀ ਜਾ ਜਾਂਦੀ ਆ। ਨਹੀਂ ਇੱਕ ਮਿੰਟ, ਥੋੜਾ ਦੋਸਤਾਂ ਨੂੰ ਵੀਵਰਾਂ ਨੂੰ ਇਹ ਦੱਸੀ ਅਸੀਂ ਵਾਅਦਿਆ ਕਰਕੇ ਜੀ ਜੀ, 10 ਪਰ ਬਾਹਰ ਦੇ ਹੁੰਦੇ ਨੇ ਜੀ, ਸਮਝੋ 10 ਪਰ ਬਾਹਰ ਦੇ ਉਹਦੇ ਉਹਦੇ ਬਾਹਰ ਦੇ ਹੋ, ਜਿਹੜੀ ਅੰਦਰ ਵਾਲੀਆਂ ਕਲੀਆਂ ਜਿੱਥੋਂ ਸ਼ੁਰੂ ਹੁੰਦੀਆਂ ਨੇ ਜਾਂ ਐਂਡ ਵਾਲੀ ਬਗਲ ਵਾਲੀ, ਜਿਹੜੀ ਬਗਲ ਦਾ ਜਿੱਥੋਂ ਕੁੰਡੇ ਦਾ ਪਰ ਸਟਾਰਟ ਹੁੰਦਾ ਨਾ, ਅੱਛਾ ਕਲੀ ਦੇ ਨਾਲ, ਕਲੀ ਦੇ ਨਾਲ ਜਿਹੜੀ ਕਲੀ ਦੇ ਨਾਲ ਜਿਹੜੇ ਬਗਲ ਦੇ ਦੋ ਤਿੰਨ ਪਾਰ ਨੇ ਨਾ ਜੀ 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 ਜੀ, ਉਹ ਟੇੜੇ ਹੋ ਜਾਂਦੇ ਨੇ, ਉਹ ਟੇੜੇ ਹੋ ਜਾਣਗੇ, ਉਹ ਟੇੜੇ ਹੋ ਜਾਣਗੇ, ਜਿਵੇਂ ਇਹ ਉਂਗਲ ਇੰਜ ਹੋ ਜਾਏ, ਐਨ ਸ਼ੇਪ ਉਹਨਾਂ ਦੀ ਇਸ ਤਰ੍ਹਾਂ ਹੋ ਜਾਣਗੇ। ਅੱਛਾ ਉਹ ਕਬੂਤਰ ਉਸ ਕੁੱਡੇ ਦਾ ਦੋ ਤਿੰਨ ਸਾਲ ਦਾ ਉੱਡਿਆ ਕਬੂਤਰ ਹੈ, ਬਹਾਦਰ ਕਬੂਤਰ ਉੱਡ ਕੇ ਨਾ, ਤੇ ਉਹਦਾ ਜਿਹੜਾ ਨਾ ਉਹ ਜਿਹੜੀ ਬਗਲਾਂ ਦੇ ਪਾਰ ਉਹ ਟੇੜੇ ਹੋ ਗਏ, ਕਿਉਂਕਿ ਕਬੂਤਰ ਨੇ ਜਦੋਂ ਸਮਾਨ ਜਾਣਾ ਨਾ ਜੀ, ਇਹਦੀਆਂ ਅੱਖਾਂ ਇਹਦਾ ਪਾਰ ਹੈ, ਠੀਕ ਹੋ ਗਿਆ ਆਣਾ ਇਹਨਾਂ, ਜਿਸ ਤਰ੍ਹਾਂ ਸਾਡੇ ਕੋਲ ਸਟੀਅਰਿੰਗ ਹੈ ਨਾ ਜੀ, ਤੇ ਸਪੀਡ ਥੱਲੇ ਹੈਗੀ ਹੈ ਬ੍ਰੇਕ ਯਾਨੀ ਕਿ ਅੰਦਰ, ਠੀਕ ਹੋ ਗਿਆ। ਇਹ ਸਾਨੂੰ ਅਸੀਂ ਲੋਕਾਂ ਨੂੰ ਵੀ ਬਚਾਉਣਾ ਤੇ ਆਪਣੇ ਆਪ ਨੂੰ ਵੀ ਬਚਾਉਣਾ, ਇਹ ਜਿਹਦੇ ਕੋਲ ਸਟੀਅਰਿੰਗ ਅੱਛਾ ਨਾ ਉਹ ਹੀ ਆਣ ਜਾਣ ਕਰਦਾ, ਜਿਹਦਾ ਸਟੀਅਰਿੰਗ ਅੱਛਾ ਨਹੀਂ ਉਹ ਜਾਣ ਜਾਣ ਹੀ ਕਰੇਗਾ, ਇੱਕ ਦਿਨ ਉਹਦਾ ਰੋਡ ਐਕਸੀਡੈਂਟ ਹੋ ਹੀ ਜਾਣਾ ਜਿਹਦਾ ਸਟੀਅਰਿੰਗ ਅੱਛਾ ਨਹੀਂ, ਤੇ ਜਿਸ ਕਬੂਤਰ ਦਾ ਕੁੰਡਾ ਅੱਛਾ ਨਹੀਂ ਉਹਨੂੰ ਇੱਕ ਦਿਨ ਐਕਸੀਡੈਂਟ ਹੋਣਾ ਉਹਨੂੰ ਉੱਤੋਂ ਤੋਂ ਬਾਅਦ। ਅੱਛਾ ਸਰ ਜੀ ਇਹ ਇੱਥੇ ਗੱਲ ਹੋ ਗਈ ਕਿ ਉਹਦੇ ਪਰ ਅੰਦਰ ਵਾਲੇ ਇੱਕ ਜਾਂ ਦੋ ਟੇੜੇ ਹੋ ਜਾਣਗੇ, ਉਹ ਟੇੜੇ ਹੋ ਜਾਣਗੇ ਪਰ, ਠੀਕ ਹੋ ਗਿਆ। ਲੇਕਿਨ ਜਦੋਂ ਅਸੀਂ ਮਿਸਾਲ ਦੇ ਤੌਰ ਤੇ ਸਾਡਾ ਦੋ ਤਿੰਨ ਸਾਲ ਕਬੂਤਰ ਚੰਗਾ ਉੱਡਿਆ ਜੀ ਜੀ, ਠੀਕ ਹੋ ਗਿਆ, ਉਸ ਤੋਂ ਬਾਅਦ ਵਿੱਚ ਅਸੀਂ ਉਹਨੂੰ ਜੋੜਿਆਂ ਚ ਪਾ ਲੈਣੇ ਆ ਜੀ ਜੀ, ਜਾਂ ਜੋੜਿਆਂ ਚ ਨਹੀਂ ਪਾਉਂਦੇ, ਹਾਂਜੀ ਅਸੀਂ ਦੋ ਸਾਲ ਬਾਅਦ ਜਾਂ ਤਿੰਨ ਸਾਲ ਬਾਅਦ ਉਹਨੂੰ ਫਿਰ ਜੇਠ ਵਾਸਤੇ ਪਰ ਪਟਾਈ ਜਿਵੇਂ ਅੱਜ ਕੱਲ ਦੋਸਤਾਂ ਨੇ ਦਿੱਤੀ ਹੈ, ਜਾਂ ਮੁਕੰਮਲ ਹੋ ਗਏ ਨੇ ਕਬੂਤਰ, ਮੁਕੰਮਲ ਹੋ ਗਏ ਨੇ ਕਈਆਂ ਦੇ, ਕਈਆਂ ਦੇ ਨਹੀਂ ਹਲੇ ਹੋਏ ਜੇਠ ਵਾਲੇ, ਹਾਂਜੀ ਅਸੀਂ ਜਦੋਂ ਮੁਕੰਮਲ ਹੋ ਜਾਵੇ ਉਦੋਂ ਹੀ ਪਰ ਦੀ ਸ਼ੇਪ ਹੋ ਜਾਏਗੀ ਲਹਿਦਾ, ਜਾਂ ਉਹ ਸ਼ੇਪ ਉਹਦੀ ਚੇਂਜ ਹੋਣੀ ਨੀ ਉਸੇ ਐਂਗਲ ਚ, ਉਹ ਜਿਹੜਾ ਉਹਦਾ ਮਸਲ ਦੇ ਨਾ ਜੀ, ਜਿਹੜਾ ਇਹ ਕਬੂਤ ਕੁੰਡ ਜਿਹੜੀ ਹੈ ਹੱਡੀ ਹੈ, ਹੱਡੀ ਹੈ ਬਾਹਰ ਵਾਲੀ ਜਿਹੜੀ ਹੈ ਕੁੰਡੇ ਦੀ ਹੱਡੀ ਹੈ ਜੀ, ਇਹ ਵਾਲੀ ਹਾਂ, ਇੱਥੋਂ ਹੀ ਉਹਦੀ ਸ਼ੇਪ ਚੇੜੀ ਹੋ ਜਾਂਦੀ, ਇੱਥੋਂ ਹੀ ਉਹਦਾ ਐਂਗਲ ਚੇਂਜ ਹੋ ਜਾਂਦਾ, ਇੱਥੋਂ ਹੀ ਹੁੰਦਾ ਐਂਗਲ ਚੇਂਜ ਹੁੰਦਾ, ਕਿਉਂਕਿ ਉਹਦਾ ਜ਼ੋਰ ਲੱਗਦਾ, ਮੂਵਮੈਂਟ ਬਣਾ ਬਣਾ ਕੇ ਹਰ ਮੌਸਮ ਲੜ ਕੇ, ਉਹ ਤੂਫਾਨਾਂ ਚ ਵੀ ਆ ਰਿਹਾ, ਕੁਛ ਮੌਸਮ ਚ ਵੀ ਆ ਰਿਹਾ, ਉਹ ਟੈਂਪਰੇਚਰ, ਇਹ ਜਿਹੜੇ ਤਿੰਨ ਚਾਰ ਪਰ ਨਾ ਇਹਨਾਂ ਨਾਲ ਹੀ ਉਹਨੇ ਇੰਜ ਬਣਾ ਬਣਾ ਕੇ ਘਰ ਪੈਣਾ, ਇੱਕ ਦਿਨ ਦੋ ਤਿੰਨ ਪਰ ਟੇੜੇ ਹੁੰਦੇ ਨੇ, ਮਸਲ ਦੀ ਪਿੱਛੋਂ ਜਾਣ ਕੇ ਨਾ ਉਹਦਾ ਉਸੇ ਸ਼ੇਪ ਚ ਆ ਜਾਂਦਾ, ਪਰ ਸਰਦਾਰੀ ਗੱਲ ਉਂਝ ਹੀ ਨਿਕਲੇਗਾ ਜੀ ਸਰ, ਭਾਵੇਂ 10 ਸਾਲ ਬਾਅਦ ਵੀ ਪੁੱਟੋ ਇੱਕ ਗੱਲ ਹੈ, ਅਸੀਂ ਤਾਂ ਸਾਰੇ ਜਦੋਂ ਜਾਂਦੇ ਰਹੇ ਨਾ, ਹੁਣ ਤੇ ਚਲੋ ਮੈਂ ਇਹ ਜਿਹੜੀ ਚੀਜ਼ ਮੈਂ ਸ਼ੋਅ ਕਰਤੀ ਨਾ ਜੀ, ਸ਼ੁਕਰੀਆ ਉਸਤਾਦ ਅਕਰਮ ਵਕੀ ਨੇ, ਮੈਂ ਜਦੋਂ ਫਿਰਨਾ ਤੁਰਨਾ ਤੇ ਮੈਂ ਤੇ ਕਿਉਂਕਿ ਉੱਡਿਆ ਡਾਇਆ ਕਬੂਤਰ ਮੈਂ ਜੋੜੇ ਪਸੰਦ ਕਰਨਾ, ਵੈਰੀ ਗੁੱਡ, ਜਿਸ ਕਬੂਤਰ ਦੇ ਵਿੱਚ ਜ਼ਾਤੀ ਪਰਵਾਹ ਦੇ ਉਹ ਇਨਸ਼ਾਅੱਲਾ ਤਾਲਾ ਉਹਦਾ ਬੱਚਾ ਵੀ ਪਰਵਾਸ ਕਰੇਗਾ, ਲੇਕਿਨ ਅਗਰ ਨਾਰੇ ਨਾ ਨਾਰ ਤੁਸੀਂ ਮਾਦੀ ਉਸ ਤੋਂ ਚੰਗੀ ਤੁਸੀਂ ਲਾਣੀ, ਮਾਦੀ ਚ ਤੁਸੀਂ ਕੰਪਰੋਮਾਈਜ਼ ਨਹੀਂ ਕਰਨਾ, ਵੱਡੀ ਗੱਲ ਹੈ, ਨਾਰ ਤੇ ਨਾਸਰ ਹੁੰਦਾ, ਨਾਰ ਹੁੰਦਾ ਨਾਸਰ, ਨਾਰ ਖੂਬਸੂਰਤ ਵੀ ਹੁੰਦਾ ਹੈ, ਉਹਦੇ ਅਜ਼ਾਬ ਵੀ ਮੁਕੰਮਲ ਹੁੰਦੇ ਨੇ, ਮਾਦੀ ਲੱਭੇ ਨਾ ਨਾਰ ਤੋਂ ਇੰਨੀ ਸਾਰੀ ਉੱਚੀ ਤੇ ਤੁਹਾਡਾ ਖੁੱਡਾ ਜਨਾਬ ਸਮਰ ਗਿਆ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ। ਮਾਦੀ ਦਾ ਵਜੂਦ ਔਰ ਬਾਡੀ ਸਟਰਕਚਰ, ਮਾਦੀ ਦੀ ਜਿਹੜੀ ਨਾ ਮਾਦੀ ਦਾ ਸਟਰਕਚਰ, ਮੈਂ ਪਿਛਲੇ ਇੰਟਰਵਿਊ ਚ ਮੇਰਾ ਜ਼ੈਨ ਮੇਰਾ ਭਤੀਜਾ ਆਇਆ ਸੀ, ਉਹ ਮੈਂ ਗੱਲ ਇੱਕ ਮੈਂ ਵੇਰੇ ਆਪਣਾ, ਹਾਂਜੀ ਮੈਂ ਗੱਲ, ਉਹ ਯਾਰ ਤੁਸੀਂ ਜਿਹੜੇ ਐਂਕਰ ਹੋ ਨਾ, ਜਿਹੜੇ ਤੁਸੀਂ ਜਿਹੜੇ ਐਂਕਰ ਹੋ ਤੁਸੀਂ ਬੇਸਿਕਲੀ ਕਾਮਰਾਨ ਅਬਾਸ ਹੋ ਗਿਆ, ਸਲਮਾਨ ਹੋ ਗਿਆ, ਇਸ਼ਫਾਕ ਨਜ਼ੀਰ ਹੋ ਗਿਆ, ਜ਼ੈਨ ਹੋ ਗਿਆ ਤੇ ਤੁਰਾਬ ਹੋ ਗਿਆ, ਬੇਸਿਕਲੀ ਤੁਸੀਂ ਕਰਦੇ ਤੁਸੀਂ ਖਿਦਮਤ ਪਏ ਹੋ, ਖਿਦਮਤ ਇਸ ਤੋਂ ਅੱਛਾ ਕੀ ਹੈਗਾ ਕਿ ਜਿਹੜੀ ਤੂੰ ਚੀਜ਼ਾਂ ਮੈਨੂੰ ਲੱਗਿਆ ਪੁੱਛਣ, ਤੂੰ ਕਿਸੇ ਕੋਲ ਮੁਆਵਜ਼ਾ ਲੈਣਾ ਜਾਂ ਮੈਂ ਕਿਸੇ ਕੋਲ ਲੈਣਾ, ਸਾਡੀ ਸਾਨੂੰ ਜਾਤੀ
मेनू जाति या तेनू जाति एना जिन्ना भी किसी को कोई मुफाद नहीं नहीं है बिल्कुल अलहमदुल्ला 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 उस्ताद अकरम अकील नू गल्लां दस के कुछ लोगों का माइंड होगा यार इन्हें दुकानदारी कोई दुकानदारी भी जे मैं करना पा तुम आज भी दस के कोई दुकानदारी करो ना करके फिर तहू ए कबूतर देने पैने ने जेडिया गल्ला मैं करना पा ना जिन मेरे को आना तो उन्हें कहना उस्ताद जी अपनी पसंद आ दियो ते ए रिजल्ट मैं लेना जे लेना जे बिल्कुल सर जी पक्की गल कहना कहना करना साबित करना मुश्किल एदे विच सर तीन स्टेप ने तीन स्टेप समझ गल बिलकुल सही गल ए कि तुसी जेडे साफी हो तुसी खिदमत खलक कर रहे हो बहुत सारे लोग आके बेचारे तुहानू आके दसदे ने मेहरबानी है तुहाडी भी मेहरबानी है कि नवे जेडे शौकीन ने उन्हां तक अच्छा मैसेज जा रहा है खराबी की तरफ नहीं जा रहे ओह फॉलो चलो कर मैं कहना कि एक पॉइंट तुसी कबूतर दा एक पॉइंट तुसी पीएचडी कर लो ना एक पॉइंट की पीएचडी कर लो खाली तुसी दुम दी कर लो तुसी 50-70% तुसी कर जाने के मार्क्स ले ले कामयाब हो तो तेतियां ना ते वैसे पास हो जांदा साजी अही ते तुहाडी गल वड्डी हुंदी है ते असी अपने पाकिस्तान दा नाम रोशन करन दे आ सानू कोई लालच नहीं किसे को खिदमत खलक मैनू खिदमत खलक कर जाने के कहना शुक्रिया कि देखो ना मेरे को जिन्ने भी तुसी आए हो साफी जी शुक्रिया मैं भी सफेद पोश बंदा ठीक है जी मैं किसे नु पीसी जी ते फलाने गैस बादे खाने जी नहीं को आता हूं मैं तुहाडी चाह ना ते पढ़ना तुहाडी मैं कर सकदा की साजी ए बहुत है ठीक है बहुत आ बस तुसी मेरे चो समझ लेना के पीर ज्ञान भी दे दे ना दे तो सवा लाख बस ओदा मूल ही नहीं होता मूल नहीं होता मैं पास सफेद पोश जान के बंदा बड़ा कुछ मैं तो तुहानू गल्लां नाल हर चीज खवा सकना नहीं सारा बाकी मैं जिन्ने चुका मैं इन्नी सारा कुछ आता नहीं नहीं उस्ताद हुरी सेवा भी बड़े करते एवे लगे जे गल्लां जे कसम रख दी बड़े अच्छे इंसान ने और मैं तुहानू पता वे के हर बंदे दा कायल नहीं हैगा जेड़ा ओहो जिहा ना दसे ते मैं ओहदी गल भी नहीं सुनदा और उस्ताद हुरी कसम अल्लाह दी बहुत अच्छे इंसान ने और बड़ा कोई खवांदे भी नहीं ए ना समझना नहीं ते वो वैसे कहन डे ने अच्छा दूजी गल उस्ताद हुरां कोल एक होर तुहानू ए बड़ी वड्डी टिप्पे जी आ जिहड़ी तुहानू लै के दित्ती है ना ए उस्ताद जी जिहड़ा कबूतर उतो वापसी आउंदा ओहदे थोड़ा जिहा रोशनी पाओ अक्सर जेडे कबूतर बाज ने कबूतर फल के पंजे वेखदे हुंदे ठीक हो गया ते तुसी उन्हां नू सवाल करो ना की वेखदे पे हो ते मेरा ईमान है कि 99% एक परसन पता होगा जी ठीक हो गया उन सीना पसीना उन वेखिया ते किसी ने वेखिया ना ठीक हो गया जिस कबूतर दे मसाम खुल खुल खुलन दुराने परवाज हुंदे ना ते ओ अपनी जिहड़ी हीट है ना उन्हां पंजियां दे थ्रू एग्जॉस्ट करदे ने अच्छा हांजी ओ वापस कढ़दे हुंदे ने सर कबूतर अपनियां लत्तां लमकांदा ठीक हो गया दुराने यानी के परवाज जिस तरह असि सफर कर रहे हैं बाद च या गड्डी ते कदी लत इधर कदी इधर कर दी कदी पासा इंज कर असि ते कर लेना ते उन्हां बेचारियां नूं कोई नहीं जाण गया होगा जिहड़े जाके 12 घंटे 13 घंटे बड़ी वड्डी ओह भी सर सलमान साहब ए भी मैं तुहानूं इक नवीं और बड़ी टिप जी बड़ी वड्डी टिप कबूतर जो लत्तां लमकांदा ना ते अपने पूरे जिस्म दी हीट ओहदे चो एग्जॉस्ट कर गर्मी हांजी ते ओ जेड़े मसाम हुंदे ना ओ ते खुलदे ने ओ खुल के ते उहनां दे विच मोम यानी कि आंदा चिट्टा ओ टेंपरेचर दा कबूतर ओ जेठ दा कबूतर है अगे पिछे केड़ी गर्मी पैंदी किथे उहनूं करनी ओ परिंदा ओहदे ना ऐ जदों मसाम खुले होणगे ते उहनां दे विच ओ सफेदी सफेदी आएगी आंदी है मैं वेखी ते समझ लैणा कि इस कबूतर ने 44-43-45 खादा है इन्हें कई बार अपनी हीट अंदर दी एग्जॉस्ट कड़ी है उस कबूतर लिया के जोड़े पाओ अल्लाह जी तुहानू मायूस नहीं करेगा तुसी इहो ही
ਅਸੀਂ ਇਹੋ ਚੀਜ਼ਾਂ ਵੇਖ ਕੇ ਤੇ ਆਪਣੇ ਸ਼ਗਿਰਦਾਂ ਨੂੰ ਦੱਸ ਦੱਸਨੇ ਆ ਕਿ ਪੁੱਤਰ ਕਿਤੇ ਵੀ ਇਹ ਕਬੂਤਰ ਵੇਖ ਲੋ, ਦੜ ਵੀ ਪਿਆ ਵੇਖ ਲੋ, ਕਿਤੇ ਪਰਚੇਜਿੰਗ ਕਰਦੇ ਸਭ ਤੋਂ ਪਹਿਲੇ ਓਹਨੂੰ ਟੋਵੋ, ਜਿਹੜੀ ਤੁਹਾਨੂੰ ਦੋ ਤਿੰਨ ਚੀਜ਼ਾਂ ਤੁਹਾਨੂੰ ਟਿੱਪਾਂ ਦਿੱਤੀਆਂ ਓਹਦੇ ਦੇਖੋ। ਬਾਕੀ ਕਬੂਤਰ ਦੇ ਅਜ਼ਾਨ ਦੁਮ, ਜਿਹੜੀ ਦੁਮ ਇਹ ਛੋਟੀ, ਇਹ ਮੈਂ ਕਬੂਤਰ ਦੇ ਕਬੂਤਰ ਦੇ ਧੜ ਨੂੰ ਮੈਂ ਚਾਰ ਹਿੱਸਿਆਂ ਚ ਗਿਣਨਾ, ਠੀਕ ਹੋ ਗਿਆ, ਗਰਦਨ ਤੋਂ ਲੈ ਕੇ ਦੁਮ ਤੱਕ ਮੈਂ ਚਾਰ ਹਿੱਸੇ ਗਿਣਨਾ, ਠੀਕ ਹੋ ਗਿਆ। ਤਿੰਨ ਹਿੱਸੇ ਦਾ ਧੜ ਹੋਵੇ, ਤਿੰਨ ਹਿੱਸੇ ਦਾ ਧੜ ਹੋਵੇ, ਇੱਕ ਹਿੱਸਾ ਦੁਮ ਹੋ ਗਿਆ, ਇੱਕ ਹਿੱਸਾ ਦੁਮ ਹੋ ਗਿਆ, ਹਾਂਜੀ, ਯਾਨੀ ਕਿ ਧੜ ਇੱਥੇ ਹੋਵੇ ਤੇ ਇਹ ਦੁਮ ਲੱਗੇ, ਇੰਨੀ ਸਾਰੀ ਦੁਮ ਲੱਗੇ, ਇਹ ਦੋ ਨਹੀਂ, ਇਹ ਹੋ ਗਿਆ ਤਿੰਨ, ਇੱਧਰ ਇਹ ਇੱਕ, ਇਹ ਇੱਕ, ਮੈਂ ਤਿੰਨ ਇੱਕ ਤੱਕ ਕਬੂਤਰ ਕਹਿਣਾ, ਤਿੰਨ ਇੱਕ ਇੱਕ। ਲਓ ਜੀ, ਇਹ ਬੜੀ ਵੱਡੀ ਟਿਪ ਜੀ, ਇਹ ਔਰ ਕਿਸੇ ਨੂੰ ਨੀ ਲੱਭੀ ਹੋਣੀ, ਤੇ ਜਿਹਨੇ ਮੇਰੇ ਚੈਨਲ ਨੂੰ ਲਾਈਕ ਨਹੀਂ ਕੀਤਾ ਉਹ ਲਾਈਕ ਕਰ ਦੇ, ਤੇ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੇ, ਤੇ ਯੂਟਿਊਬ ਤੇ ਮੇਰਾ ਚੈਨਲ ਹੈ ਕਬੂਤਰ ਜਿੰਦਜਾਨ ਪਾਕਿਸਤਾਨ ਜ਼ਿੰਦਾਬਾਦ, ਨਾਲ ਮੈਂ ਆਪਣੇ ਪਾਕਿਸਤਾਨ ਦਾ ਵੀ ਨਾਂ ਰੋਸ਼ਨ ਕਰਨ ਦਿਆ, ਤੇ ਉਸਤਾਦ ਅਕਰਮ ਉਰਫ ਫਕੀ ਸਾਹਿਬ ਦੇ ਕੋਲ ਬੈਠੇ ਆ, ਔਰ ਬੜੀ ਮਜ਼ੇਦਾਰ ਗੁਫ਼ਤਗੂ ਹੋ ਰਹੀ ਹੈ, ਔਰ ਵੇਖੋ ਹੁਣ ਕਿੰਨੀ ਦੇਰ ਚੱਲਦੀ ਹੈ ਔਰ ਚੱਲਦੀ ਰਹੇਗੀ। ਅੱਛਾ, ਇਹ ਬੜੀ ਵੱਡੀ ਟਿਪ ਹੈ, ਉਸਤਾਦ ਹੋਰਾਂ ਨੇ ਕਿਹਾ ਤਿੰਨ ਇੱਕ ਦਾ ਕਬੂਤਰ, ਹਾਂਜੀ, ਤਿੰਨ ਹਿੱਸੇ ਤਾੜ, ਇੱਕ ਹਿੱਸਾ ਦੁਮ ਦੁਮ। ਜਿਹੜੇ ਕਈ ਕਬੂਤਰ ਐਸੇ ਨੇ, 99 ਕਬੂਤਰ ਐਸੇ ਨੇ ਜਿਨ੍ਹਾਂ ਦਾ 50% ਤਾੜ ਹੈ ਤੇ 50% ਦੁਮ ਹੈ, ਉਹ ਸਮਝ ਲਓ ਕਿ ਦੁਨੀਆਂ ਦੇ ਉੱਤੇ ਵਿਚਲੀ ਯਾਨੀ ਕਿ ਬਿਰਦੀ ਦੀ ਮਖਲੂਕ ਕਬੂਤਰ ਨਹੀਂ, ਕਬੂਤਰ ਨਹੀਂ, ਹਾਂਜੀ, ਕਿਉਂਕਿ ਤੁਸੀਂ ਕਬੂਤਰ ਦਾ ਫਾਲਟ ਕੱਢਣ ਗਏ ਨਾ ਤੁਹਾਨੂੰ ਕਈ ਸਾਲ ਲੱਗਣਗੇ, ਤੇ ਦੌਰੇ ਜਾ ਰਹੇ ਯਾਨੀ ਕਿ ਜਦੀਦ, ਤੁਸੀਂ ਰੈਡੀਮੇਡ ਕਬੂਤਰ ਲਿਆਓ ਜਨਾਬ, ਕਿਸੇ ਕੋਲ ਸਿਖਾਉਣਾ ਬਹਿ ਕੇ, ਠੀਕ ਹੋ ਸਿੱਖੋ, ਨਹੀਂ ਨਹੀਂ ਉਸਤਾਦ ਜਦੋਂ ਫੜੋ ਨਾ ਉਸਤਾਦ, ਅਸੀਂ ਮੈਂ ਅਕਸਰ ਦੋਸਤਾਂ ਨੂੰ ਕਹਿੰਦੇ ਸੀ ਉਸਤਾਦਾਂ ਕੋਲ ਸਿੱਖਿਆ, ਉਹਨੇ ਕਿਹਾ ਜਦੋਂ ਪੀਰ ਫੜਨਾ ਪਹਿਲੇ ਸਾਰਾ ਜ਼ਮਾਨਾ, ਫਿਰ ਉਹ ਛਾਨਣਾ ਮਾਰੋ, ਫਿਰ ਮਾਰੋ ਛਾਨੀ, ਫਿਰ ਨਿਆਰਾ, ਜਿਹੜਾ ਸੁਨਿਆਰਾ ਮਾਰ, ਜਿਹੜਾ ਸੁਨਿਆਰਾ ਐਂਡ ਤੇ ਮਾਰਦਾ, ਉਹ ਮਾਰ ਕੇ ਤੇ ਫਿਰ ਉਸਤਾਦ ਫੜੋ ਨਾ, ਫਿਰ ਤੁਸੀਂ ਸਾਰੀ ਜ਼ਿੰਦਗੀ ਨੀ ਕਹੋ ਬਈ ਯਾਰ ਮੈਂ ਗਲਤ ਉਸਤਾਦ ਫੜ ਬੈਠਾ, ਬਿਲਕੁਲ ਠੀਕ, ਇਹ ਹੋ ਗਿਆ। ਅਸੀਂ ਕੀ ਕਰਨੇ ਆ, ਮੁਰੱਬਤ ਚ ਬੰਦਾ ਕੋਈ ਬੈਠਾ ਆ, ਉਹ ਵੱਡਾ ਬੰਦਾ ਸਾਡੇ ਮਹੱਲੇ ਚ ਆਇਆ, ਅਸੀਂ ਕਹਿੰਦੇ ਉਸਤਾਦ ਜੀ ਪਹਿਲੇ ਮੇਰਾ ਮੂੰਹ ਭਰਾਓ, ਉਹ ਚੱਲ ਆ ਮੇਰੇ ਨਾਲ ਦਾ, ਤੈਨੂੰ ਕੀ ਦੇਣਾ, ਉਹ ਪਛਤਾਵਾ। ਉਸਤਾਦ ਫੜਨ ਤੋਂ ਪਹਿਲੇ ਤੁਸੀਂ ਉਹਦੀ ਪੂਰੀ ਸ਼ਖਸੀਅਤ ਪੂਰਾ ਜਾਣ ਲਓ, ਤੁਸੀਂ ਵੇਖੋ ਕਿ ਤੁਸੀਂ ਇਹਨੂੰ ਆਈਡੀਅਲ ਫੜਨਾ, ਤੁਹਾਡੇ ਮਿਆਰ ਦਾ ਹੈਗਾ, ਤੁਹਾਡੇ ਮਿਆਰ ਦਾ, ਬਿਲਕੁਲ ਸਹੀ। ਲਓ ਜੀ, ਬੜੀ ਵੱਡੀ ਗੱਲ ਹੈ ਉਸਤਾਦ ਜੀ। ਅੱਛਾ, ਇੱਕ ਹੋਰ ਗੱਲ ਹੈ, ਇਹ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਹੋ ਰਹੀਆਂ, ਮਾਸ਼ਾਅੱਲਾ ਬਹੁਤ ਮਜ਼ਾ ਆ ਰਿਹਾ ਉਸਤਾਦ ਜੀ। ਇੱਕ ਹੋਰ ਸਵਾਲ ਹੈ, ਜਦੋਂ ਕਬੂਤਰ ਬੁਲੰਦੀ 'ਚ ਤੁਹਾਡਾ ਗਿਆ, ਉਹਨੇ ਵਾਪਸੀ ਲੱਭਣੀ ਹੈ, ਵਾਪਸੀ ਕਾਹਦੇ 'ਚ ਵੇ, ਉਹਨੇ ਅੱਖ ਨੂੰ ਜ਼ੂਮ ਕਰਨਾ ਜਾਂ ਕੀ ਕਰਨਾ, ਉਹਨੇ ਅਕਸ ਲੈਣਾ ਆਪਣੇ? ਦੇਖੋ, ਜਿਹੜਾ ਮੈਂ ਨੂਰ ਕਹਿੰਦਾ ਨਾ, ਸੈਂਟਰ 'ਚ ਨੂਰ ਹੁੰਦਾ, ਨੂਰ ਹੁੰਦਾ ਕਾਲਾ, ਜਿਹੜਾ ਸੈਂਟਰ 'ਚ ਜਿਹੜਾ ਨੂਰ ਹੈ ਨਾ, ਇਹਦਾ ਗੁਲਾਈ 'ਚ ਹੋਣਾ। ਅੱਛਾ, ਇੱਕ ਹੁੰਦਾ ਸਲਮਾਨ ਕਾਲਾ, ਕਾਲਾ ਹੁੰਦਾ, ਇੱਕ ਹੁੰਦਾ ਡਾਰਕ ਬਲੈਕ, ਬਿਲਕੁਲ ਕਾਲਾ, ਸਿਆਲਾ ਸਿਆਹ, ਠੀਕ ਹੋ ਗਿਆ, ਉਹ ਰਿਚਨੈਸ ਹੈ। ਅੱਛਾ, ਹਾਂਜੀ, ਉਹ ਪੱਕਿਆ ਹੋਇਆ ਯਾਨੀ ਕਿ ਨੂਰ ਹੈ, ਪੱਕਿਆ ਹੋਇਆ ਨੂਰ, ਉਹ ਕਬੂਤਰ ਦੇ ਵਿੱਚ ਨਾ, ਉਹ ਜਦੋਂ ਤੁਸੀਂ ਉਸ ਕਬੂਤਰ ਨੂੰ ਫੜੋਗੇ ਨਾ ਜੀ, ਤੇ ਤੁਸੀਂ ਉਹਦੇ ਸਿਰ ਵਾਲੇ ਪਾਸੇ ਨਾ, ਸਿਰ ਤੇ ਜਿਹੜੀ ਚੁੰਗਰ ਨਾ, ਤੁਹਾਡੀ ਸ਼ਹਾਦਤ ਦੀ, ਇਹਨੂੰ ਤੁਸੀਂ ਥੋੜਾ ਸਾ ਦਬਾਣਾ, ਜੋ ਕਬੂਤਰ ਨੂਰ ਨੂੰ ਜ਼ੂਮ ਕਰੇ, ਕਰਦਾ ਐਂ ਨਹੀਂ ਕਰੇਗਾ, ਜ਼ੂਮ ਕਰੇ, ਕਰਦਾ, ਬਿਲਕੁਲ, ਮੈਂ ਦੇਖਿਆ ਕੁਛ ਕਬੂਤਰ ਨੂਰ ਜ਼ੂਮ ਕਰਦੇ ਨੇ ਜੀ। ਇੱਕ ਮੈਂ ਨਵਾਂ ਤੈਨੂੰ ਦੱਸਣਾ ਕਿ ਜ਼ੂਮ ਕਰਨ ਵਾਲੇ ਕਬੂਤਰ ਦੋ ਕਿਸਮ ਦੇ, ਠੀਕ ਹੋ ਗਿਆ, ਇੱਕ ਕਬੂਤਰ ਤੇ ਜਿਹੜਾ ਤੇਰਲ ਵੇਖ ਕੇ ਨੂਰ ਨੂੰ ਇੰਜ ਛੋਟਾ ਵੱਡਾ ਕਰਦਾ, ਬਿਲਕੁਲ ਸਹੀ, ਉਹ ਜਿਹੜਾ ਕਬੂਤਰ ਹੈ ਉਹ ਕੀ ਕਰਦਾ ਕਿ ਜਦੋਂ ਦੂਸਰੇ ਤੀਸਰੇ ਸਮਾਨ ਚੋਂ ਕਬੂਤਰ ਖਲੋਤੇ ਹੁੰਦੇ ਤੇ ਉਹਨਾਂ ਨੇ ਘਰ ਚ ਵਾਪਸੀ ਜਦੋਂ ਕਰਨੀ ਨਾ ਜੀ, ਇਹ ਹਰ ਗਰਾਈ ਕਰਨ ਵਾਲੇ ਕਬੂਤਰ ਚ ਇਹ ਕੁਆਲਿਟੀ ਹੋਏਗੀ, ਠੀਕ ਹੋ ਗਏ। ਅੱਛਾ, ਆਖਰ ਉਹ ਗਰਾਈ ਕਰ ਰਿਹਾ ਤੇ ਮਾਲਕ ਦੇ ਘਰ 10-15-20 ਵਾਰੀ ਬੈਠਾ, ਠੀਕ ਹੋ ਗਿਆ, ਤੇ ਉਹਨੂੰ ਅੱਲਾ ਨੇ ਨਿਜ਼ਾਮ ਦਿੱਤਾ ਤੇ ਉਹ ਤੋਂ ਨਿਕਲ ਕੇ ਬੈਠਾ, ਬਿਲਕੁਲ ਸਹੀ, ਉਹ ਕਬੂਤਰ ਕਰਦਾ ਜਦੋਂ ਪਰਵਾਹ ਦੇ ਲੰਗਰ ਵਾਈਸ ਕਰਦੇ ਨੇ, ਠੀਕ ਹੋ ਗਿਆ, ਇਹਨਾਂ ਨੇ ਆਪਣਾ ਇੱਕ ਲੰਗਰ ਫੜਿਆ ਬਣਾਇਆ ਹੁੰਦਾ ਉੱਤੇ, ਉਸ ਚੱਕਰ ਚ ਜਦੋਂ ਉਹਨਾਂ ਨੇ ਵਾਪਸੀ ਕਰਨੀ ਤੇ ਇਹਨਾਂ ਨੇ ਖੜਾਓ ਕਰਕੇ ਨਾ ਤੇ ਆਪਣੇ ਉਸ ਘਰ ਨੂੰ ਫਾਲੋ ਕਰਨਾ ਤੇ ਆਪਣਾ ਨੂਰ ਜ਼ੂਮ ਕਰਨਾ ਅੱਖ ਦੇ ਵਿੱਚ, ਅੱਖ ਦੇ ਵਿੱਚ। ਅੱਛਾ, ਉਹਦਾ ਘਰ ਛੋਟਾ ਹੈ, ਉਹਦਾ ਘਰ ਕਨਾਲਾ ਤੇ ਉਹਨੂੰ ਚੁੱਕ ਕੇ ਉਹਨੂੰ ਸਮਾਨ ਲੈ ਜਾਣਾ, ਇਹ ਥੱਲੇ ਵਾਲੇ ਆਪਣੇ ਜਾਲ ਥੱਲੜੀ ਜਿਹੜੀ ਆਪਣੀ ਜਿਹੜਾ ਉਹਦਾ ਤਾਰ ਜਿਹੜੀ ਤਹਿ ਹੈ ਨਾ, ਉਹਨੂੰ ਜ਼ੂਮ ਧਰ ਕੇ ਉਹਨੂੰ ਚੁੱਕ ਕੇ ਸਮਾਨ ਲੈ ਜਾਣਾ, ਜਦੋਂ ਉੱਤੇ ਹੀ ਲੱਗਾ ਬੰਦ, ਉਹ ਉੱਤੇ ਹੀ,
ਉਹ ਕਬੂਤਰ ਉੱਤੇ ਹੀ ਇਹ ਨਜ਼ਰ ਵੀ ਤੁਹਾਨੂੰ ਨਹੀਂ ਆ ਰਹੇ। ਸਰ ਜੀ ਇੱਕ ਮਿੰਟ ਮੈਂ ਥੋੜਾ ਵਾਅਦਾ ਕਰਦਾ, ਕਬੂਤਰ ਸਮਝੋ ਮੈਂ ਛੱਤ ਬਣਾਈ ਹੈ ਨੀਲੇ ਰੰਗ ਦੀ, ਜਾਲ ਬਣਾਇਆ ਉੱਥੋਂ ਕਬੂਤਰ ਉੱਡੇ ਆ, ਹਾਂਜੀ ਉੱਥੋਂ ਕਬੂਤਰ ਉੱਡ ਕੇ ਤੁਰ ਗਿਆ ਬਿਲਕੁਲ ਬੁਲੰਦੀ ਚ, ਬੁਲੰਦੀ ਚਲਾ ਗਿਆ, ਅਸਮਾਨ ਚਲਾ ਗਿਆ, ਬੰਦ ਹੋ ਗਿਆ, ਠੀਕ ਹੈ ਸਾਨੂੰ ਨਜ਼ਰ ਨਹੀਂ ਆ ਰਿਹਾ, ਨਹੀਂ ਆ ਰਿਹਾ। ਉਹ 10 ਘੰਟੇ ਫਿਰ ਲਏ, ਹਾਂਜੀ ਉਹ 7 ਘੰਟੇ ਫਿਰ ਲਏ, ਹਾਂਜੀ ਉਹ ਫਿਰਦਾ ਪਿਆ ਜੀ ਜੀ। ਅੱਛਾ ਉਹਨੇ ਜਦੋਂ ਵਾਪਸੀ ਆਉਣਾ ਵੇ, ਜਦੋਂ ਉਹਨੂੰ ਵਾਪਸੀ ਕਰਨੀ, ਸਵਾਲ ਇਹ ਵੇ ਜਦੋਂ ਉਹਨੇ ਵਾਪਸੀ ਕਰਨੀ ਹੈ, ਜਦੋਂ ਉਹਦਾ ਦਿਲ ਕੀਤਾ ਕਿ ਚੱਲ ਯਾਰ ਮੇਰੀ ਥੋੜੀ ਪਰਵਾਹ ਠੀਕ ਹੋ ਗਈ ਹੈ, ਜਾਂ ਜੋ ਵੀ ਉਹਦਾ, ਕਈ ਕਬੂਤਰਾਂ ਨੂੰ ਬੜਾ ਸ਼ੌਕ ਉੱਡਣ ਦਾ, ਕਈਆਂ ਨੂੰ ਘੱਟ ਹੈ, ਕਈਆਂ ਨੂੰ ਜ਼ਿਆਦਾ, ਆਖਰ ਆਉਣਾ ਤੇ ਘਰ ਆਉਣਾ, ਘਰ ਆਉਣਾ, ਮੈਂ ਘਰ ਦੀ ਵਾਪਸੀ ਦੀ ਗੱਲ ਕਰ ਰਿਹਾ। ਜਦੋਂ ਉਹਨੇ ਘਰ ਦੀ ਵਾਪਸੀ ਉਹਨੇ ਸੋਚ ਲਿਆ ਕਿ ਯਾਰ ਮੈਂ ਵਾਪਸ ਜਾਣਾ, ਉਹਨੇ ਉਸ ਘਰ ਦੀ ਤਹਿ ਨੂੰ, ਉਸ ਇਲਾਕੇ ਦੀ ਤਹਿ ਨੂੰ, ਉਹਨੇ ਉਸ ਨੂੰ ਨੂਰ ਨੂੰ ਜ਼ੂਮ ਕਰਨਾ, ਜ਼ੂਮ ਕਰਨਾ ਇਸ ਤਰ੍ਹਾਂ। ਅੱਛਾ ਉਹਨੇ ਆਪਣੀ ਛੱਪ ਚੁੱਕ ਕੇ ਸਮਾਨ ਤੇ ਲੈ ਗਿਆ ਆਪਣੀ ਅੱਖ ਚ, ਹਾਂਜੀ ਉਹਨੂੰ ਫਿਰ ਸਰਕਲ ਕਰਨਾ ਸ਼ੁਰੂ ਕੀਤਾ। ਉਹ ਕਿਹੜੀ ਚੀਜ਼ ਦੇ ਕਿ ਜਿਹੜੀ ਐਂਜੀ ਗਿਆ ਸੀਗਾ ਤੇ ਉਹ ਤੋਂ ਬਿੰਦੀ ਨਿਕਲਿਆ ਸੀ, ਸਾਰੇ ਬੰਦੇ ਬਸ ਕਬੂਤਰ ਉੱਤੇ ਆਇਆ ਜੀ। ਉਹਨ ਸਾਡੇ ਵੇਖਣ ਤੋਂ ਪਹਿਲੇ ਉਹਨ ਆਪਣਾ ਘਰ ਵੇਖ ਲਿੱਤਾ ਆ, ਉਹ ਉਹਨੂੰ ਉਹਨ ਪੂਰਾ ਫੋਟੋ ਸੈਸ਼ਨ ਉਹਦਾ ਕਰਕੇ ਉਹ ਤੋਂ ਨਿਕਲਣਾ ਸ਼ੁਰੂ ਹੋਇਆ ਜਾ ਕੇ ਨਿਕਲ ਕੇ ਆਖਰ ਘਰ ਬੈਠਾ। ਅੱਛਾ ਇੱਕ ਦਿਨ ਨਿਜ਼ਾਮ ਹੋ ਗਿਆ ਐ, ਠੀਕ ਹੋ ਗਿਆ। ਕੁਛ ਕਬੂਤਰ ਹੁੰਦੇ ਨੇ ਉਹ ਉੱਤੋਂ ਜ਼ੂਮ ਕਰਦੇ ਨੇ ਤੇ ਉਹ ਨਿਕਲਦੇ ਨੇ ਉੱਤੋਂ ਤੇ ਥੱਲੇ, ਜਦੋਂ ਵਿਚਲੇ ਘਰਾਂ ਤੋਂ ਵੀ ਥੱਲੇ ਆ ਜਾਂਦੇ ਨੇ ਟਾਵਰ ਜਿੰਨੇ ਉੱਤੇ ਜਾਂਦੇ ਰਹਿ ਰਹਿੰਦੇ ਨੇ। ਇਹ ਨਦੀਮ ਮੈਂ ਤੇਰੇ ਇੰਟਰਵਿਊ ਦੇ ਵਿੱਚ ਸਾਰੇ, ਕਿਉਂਕਿ ਅਲਹਮਦੁਲਿਲਾ ਅੱਲਾ ਦੀ ਮਿਹਰਬਾਨੀ ਨਾਲ ਤੂੰ ਇਸ ਪਰਿੰਦੇ ਦੀ ਜਿੰਨੀ ਮਰਜ਼ੀ ਗੱਲ ਕਰ, ਹੁਣ ਜਿੰਨਾ ਟਾਈਮ ਹੈ ਸੁਬਾ ਜਾਵੇ ਚੜ ਜੇ ਤੇਰੇ ਸਵਾਲ ਮੁੱਕ ਜਾਣਗੇ, ਉਸਤਾਦ ਅਕਰਮ ਅੱਕੀ ਦੇ ਆਨਸਰ ਨਹੀਂ ਮੁੱਕਦੇ। ਇੰਜੀ ਗੱਲ ਹੈ ਲੈ ਜੀ, ਅਰਸਾ 40-50 ਸਾਲ ਮੈਨੂੰ ਵੀ ਇਸੇ ਫੀਲਡ 'ਚ ਹੋ ਗਏ ਨੇ, ਮੈਂ ਬਚਪਨ ਤੋਂ ਇਸ ਫੀਲਡ 'ਚ ਹਾਂ ਕਬੂਤਰ ਪਰਵਰੀ 'ਚ, ਔਰ ਯਕੀਨ ਕਰੋ ਅੱਲਾ ਨੇ ਬਹੁਤ ਸਾਰਾ ਨੌਲੇਜ ਮੈਨੂੰ ਵੀ ਦਿੱਤਾ। ਲੇਕਿਨ ਗ੍ਰੇਟ ਆਦਮੀ ਨੇ ਉਸਤਾਦ ਅਕਰਮ ਉਰਫ ਅੱਕੀ ਸਾਹਿਬ, ਬਹੁਤ ਲੈਜੈਂਡ ਖਿਲਾੜੀ ਨੇ, ਔਰ ਬਹੁਤ ਜ਼ਿਆਦਾ ਜਿਹੜਾ ਨਾ, ਬਹੁਤ ਜ਼ਿਆਦਾ ਮੈਂ ਇਹ ਨਹੀਂ ਕਹਿੰਦਾ ਇਹਨਾਂ ਦੇ ਮੂੰਹ ਤੇ ਤਾਰੀਫ ਕਰਨਾ, ਔਰ ਮੈਂ ਕਈ ਜਗ੍ਹਾ ਤੋਂ ਇਹਨਾਂ ਦੀ ਤਾਰੀਫ ਸੁਣੀ ਹੈ, ਔਰ ਮੇਰਾ ਮੈਂ ਮਜਬੂਰ ਹਾਂ ਇਸ ਚੀਜ਼ 'ਚ ਕਿ ਵਾਕਈ ਮੈਂ ਤਾਰੀਫ ਕਰਨ ਦੇ ਲਾਇਕ ਨੇ ਤਾਂ ਉਹ ਕਰਨ ਡਿਆ ਵਾਂ। ਔਰ ਬਹੁਤ ਸਾਰੇ ਐਸੀਆਂ ਚੀਜ਼ਾਂ ਨੇ ਜਿਹੜੇ ਮੇਰੇ ਦੋਸਤਾਂ ਨੂੰ, ਬਹੁਤ ਅੱਛੇ ਅੱਛੇ ਉਸਤਾਦਾਂ ਨੂੰ ਪਤਾ ਹੈ ਵੇ, ਮੈਂ ਇਹ ਨਹੀਂ ਕਹਾਂਗਾ ਨਹੀਂ ਪਤਾ, ਮੈਂ ਵੀ ਗੱਲ ਵੇਖੋ ਮੈਂ ਦੁਹਰਾਉਣ ਡਿਆ, ਇਹ ਪਤਾ ਹੈ ਲੇਕਿਨ ਅੱਗੇ ਸ਼ੇਅਰ ਨਹੀਂ ਕਰਦੇ। ਲੇਕਿਨ ਯਕੀਨ ਕਰੋ ਕਿ ਇਹ ਮੇਰੀਆਂ ਸਾਰੀਆਂ ਗੱਲਾਂ ਦੇ ਹੀ ਜਵਾਬ ਦੇਣ ਡੇ ਨੇ, ਔਰ ਬਹੁਤ ਮਜ਼ਾ ਆ ਰਿਹਾ, ਔਰ ਮੇਰਾ ਦਿਲ ਨਹੀਂ ਕਰਦਾ ਛੱਡਣ ਤੇ, ਲੇਕਿਨ ਅੱਗੇ ਚਲੋ ਗੁਫ਼ਤਗੂ ਫਿਰ ਜਾਰੀ ਰੱਖਦੇ ਹਾਂ। ਠੀਕ ਹੈ, ਗੱਲ ਫਿਰ ਉਹੀ ਆ ਗਈ ਕਿ ਐਂਡ ਤੱਕ ਮੂਵੀ ਦੇਖਿਓ ਜੇ, ਤੁਹਾਨੂੰ ਇਨਸ਼ਾਅੱਲਾ ਬੜਾ ਬੜਾ ਮਜ਼ਾ ਆਏਗਾ, ਔਰ ਬੜਾ ਕੁਛ ਇੱਥੋਂ ਮਿਲੇਗਾ ਇਸ ਘਰ 'ਚੋਂ, ਇਸ ਘਰ 'ਚ ਬੜਾ ਕੁਛ। ਅਲਹਮਦੁਲਿਲਾ, ਠੀਕ ਹੈ ਜੀ, ਔਰ ਇਨਸ਼ਾਅੱਲਾ ਇਹ ਤੁਹਾਨੂੰ ਦਿੰਦੇ ਰਹਿਣਗੇ। ਅੱਛਾ ਸਾਹਿਬ ਜੀ ਅੱਗੇ ਆਓ। ਅੱਛਾ ਉਹ ਇਹ ਇੱਕ ਐਸਾ ਪੁਆਇੰਟ ਜਿਹੜਾ ਮੈਂ ਤੁਹਾਨੂੰ ਸ਼ੇਅਰ ਕਰਨ ਲੱਗਾ, ਤੇ ਹਰ ਉਡਾਣ ਵਾਲੇ ਬੰਦੇ ਦੀ ਇਹ ਟਾਈਮ 'ਚ ਆਇਆ ਹੋਏਗਾ ਜੀ, 2300 ਵਾਰੀ ਆਇਆ। ਠੀਕ ਹੋ ਗਿਆ, ਇਹ ਮੈਂ ਤੈਨੂੰ ਫਾਲਟਡ ਕਬੂਤਰ ਨਿਸ਼ਾਨੀ ਦਾ ਦੱਸਣ ਲੱਗਾ ਕਿ ਉਹਦਾ ਜ਼ੂਮ ਸਿਸਟਮ ਠੀਕ ਹੈ, ਉਹ ਉੱਤੋਂ ਸਮਾਨੋਂ ਆ ਗਿਆ, ਹੁਣ ਬਿਲਕੁਲ ਟਾਵਰ ਉੱਤੇ ਆ ਗਿਆ। ਠੀਕ ਹੋ ਗਿਆ, ਇੱਥੇ ਆ ਕੇ ਨਾ ਉਹ ਗੇੜੇ ਖਾ ਰਿਹਾ, ਕਰਦੇ ਕਰਦੇ ਹੋਏ ਇੰਕ ਕਬੂਤਰ ਇੰਜ ਮੁੜਿਆ। ਠੀਕ ਹੋ ਗਿਆ, ਇੱਧਰ ਮੂੰਹ ਕਰ, ਸਿੱਧਾ ਹੀ ਹੋ ਗਿਆ, ਪਰ ਸਿੱਧਾ ਹੋ ਗਿਆ। ਉਹਨ ਬੜੀ ਕੋਸ਼ਿਸ਼ ਕੀਤੀ ਉਸ ਕਬੂਤਰ ਨੇ ਘਰ, ਦੇਖੋ ਉੱਤੋਂ ਤੇ ਉਹਦਾ ਸਰਕਲ ਸੈੱਟ ਆ ਗਿਆ। ਠੀਕ ਹੋ ਗਿਆ, ਥੱਲੇ ਜਦੋਂ ਕਬੂਤਰ ਆਉਂਦਾ ਨਾ, ਥੱਲੇ ਜਦੋਂ ਕਬੂਤਰ ਆਉਂਦਾ ਜੀ, ਉਹਦੇ ਦਸਵੇਂ ਕੁੰਦਰ ਕੁੰਦੇ ਦਾ ਬਾਹਰ ਦਾ ਜਿਹੜਾ ਕੁੰਦਾ ਨਾ, ਬਾਹਰ ਦਾ ਪਰ ਉਹਦਾ ਬੜਾ ਤਿਲਕ ਹੈ। ਠੀਕ ਹੋ ਗਿਆ, ਇਹ ਵੀ ਇੱਕ ਮਸਲ ਜੇ, ਇਹ ਜਿਹੜਾ ਲੈਂਡਿੰਗ ਦੇ ਦੌਰਾਨ ਸਾਰੇ ਪਰਾਂ ਦੀ ਸ਼ੇਪ ਹੋਰ ਹੋਏਗੀ, ਦਸਵੇਂ ਕੁੰਦੇ ਦੀ ਸ਼ੇਪ ਹੋ ਰਹੀ। ਠੀਕ ਹੋ ਗਿਆ, ਦਸਵਾਂ ਜਿਹੜਾ ਜਿਹੜਾ ਕੁੰਦਾ ਨਾ, ਇਹ ਜਿਹੜਾ ਮਸਲ ਇਹਦਾ ਜਿਹੜਾ ਸਟਾਰਟ ਹੋਇਆ ਨਾ ਇਹਦੇ ਨਾਲ ਜੀ, ਇਹ ਜਿਹੜੇ ਕਬੂਤਰ ਉਸਤਾਦ ਦਾ ਕੀ ਕਹਿੰਦਾ ਕਿ ਮੈਂ ਮੀਟਰ ਲਾਉਣਾ ਦਸਵੇਂ ਨੂੰ ਤੇ ਨੌਵੇਂ ਕੁੰਦੇ ਨੂੰ, ਨਵੇਂ ਨੂੰ ਤੇ ਦਸਵੇਂ ਕੁੰਦੇ ਨੂੰ ਮੀਟਰ ਲਾਉਣਾ, ਮੀਟਰ ਮੈਂ ਲਾਉਣਾ ਆਪਣੀ ਸ਼ਹਾਦਤ ਦੀ ਉਂਗਲ ਦਾ। ਠੀਕ ਹੋ ਗਿਆ, ਮੈਂ ਅੱਲਾ ਤੇ ਅੱਲਾ ਦੇ ਰਸੂਲ ਦੀ ਮਿਹਰਬਾਨੀ ਨਾਲ ਜਿਸ ਕਬੂਤਰ ਦੀ ਉਂਗਲ ਲਾ ਕੇ ਇੱਥੇ ਉਹਦਾ ਕੁੰਦਾ ਬਾਹਰ ਨਿਕਲ ਜੇ, ਉੱਤੋਂ ਜਾਵੇ, ਜਦੋਂ ਮੈਂ ਉਹਦੀ ਉਂਗਲ ਲਾਵਾਂਗਾ ਨਾ ਇੱਥੇ, ਤੇ ਉਹਦਾ ਕੁੰਦਾ ਬਾਹਰ ਨਹੀਂ ਨਿਕਲਿਆ, ਫਟਿਆ ਨਹੀਂ, ਹਾਂਜੀ ਉਹ ਮੇਰਾ ਇੱਕ ਆਪਣਾ ਹੀ ਯਾਨੀ ਕਿ ਸਾਂਚਾ ਹੈ। ਠੀਕ ਹੋ ਗਿਆ, ਤੇ ਜਿਹਨੂੰ ਮੈਂ ਉਂਗਲ ਦਿੱਤੀ ਤੇ ਉਹਦਾ ਕੁੰਦਾ ਇੱਥੇ ਚ ਚਲਾ ਗਿਆ, ਯਾਨੀ ਕਿ ਇਹ ਮਸਲ ਜਿਹੜਾ ਇਸ ਮਸਲ ਨੂੰ ਛੱਡ ਗਿਆ, ਛੱਡ ਗਿਆ, ਇਹ ਚੜਾ ਹੈ, ਦੇਖੋ ਇਹ ਦੀਵਾਰਾਂ ਖੜੀਆਂ ਨਾ ਜੀ,
ਇਹਨੂੰ ਦਾੜੇ ਨੇ ਖੜਾ ਕੀਤਾ ਹੈ, ਇੱਟਾਂ ਨੇ ਖੜਾ ਨਹੀਂ ਕੀਤਾ, ਇੱਟਾਂ ਨੇ ਖੜਾ ਕੀਤਾ, ਦਾੜੇ ਫਸੇ ਨੇ ਆਪਸ ਵਿੱਚ, ਸਰ ਹਾਰ ਜਾ ਕੇ ਨਾ ਉਹਨ ਨੁੱਕਾਂ ਦੇ ਵਿੱਚ ਫਸਾਇ ਨੇ ਦਾੜਾ ਪਾਇਆ ਪਾਇਆ ਇੰਜ ਪਾਇਆ ਇਹ ਇਮਾਰਤ ਤਦ ਖੜੀ ਹੈ। ਇੱਟ ਨੇ ਇੱਟ ਜੋੜੋਗੇ ਨਾ ਫੇਰ ਨੀ ਮਾਰਦਾ ਕੁੰਦਾ ਨਾ, ਇਹ ਸਾਰੇ ਕੁੰਦਿਆਂ ਦਾ ਦਾੜਾ। ਜਦੋਂ ਇਹ ਕਬੂਤਰ ਨੇ 7-8 ਘੰਟੇ ਸਰਦੀਆਂ ਤੇ ਬਹਿੰਦਾ ਰਿਹਾ ਉੱਡ ਕੇ, ਉਦੋਂ ਇਹਨੂੰ ਸਟਰਗਲ ਨਹੀਂ ਕਰਨੀ ਪਈ ਨਮੀ ਵਾਲਾ ਮੌਸਮ ਚ। ਇੱਥੇ ਗਰਮੀ ਏ, ਮਸਲ ਨੂੰ ਗਰਮੀ ਲੱਗੀ ਏ, ਮਸਲ ਕਮਜ਼ੋਰੀ ਚ ਆਇਆ, ਕੁਛ ਹੋ ਗਿਆ। ਉਹ ਕਬੂਤਰ ਸਿੱਧਾ ਮੂੰਹ ਰੱਖ ਕੇ ਕਿਸੇ ਦੇ ਜਾਲ ਤੇ ਬਹਿ ਗਿਆ ਤੇ ਉਹਨੂੰ ਫੜ ਲਿੱਤਾ, ਉਹਨ ਜਾਲ ਦੇ ਅੰਦਰ ਉਹਨੂੰ ਲਿਆ ਸੁੱਟ ਲਿੱਤਾ। 2 ਮਿੰਟ ਬਾਅਦ ਜੋ ਕਬੂਤਰ ਨੇ ਕੁੰਦੇ ਮਾਰਨੇ ਸ਼ੁਰੂ ਕਰਤੇ। ਅੱਛਾ ਹਾਂਜੀ, ਉਹਨੂੰ ਕਿ ਮੈਂ ਗਲਤ ਆ ਗਿਆ, ਮੈਂ ਗਲਤ ਜਗ੍ਹਾ ਤੇ ਬੈਠਾ। ਉਹਦੀਆਂ ਅੱਖਾਂ ਕੰਮ ਕਰ ਰਹੀਆਂ ਸਨ, ਉਹ ਤਾਂ ਧੜ ਕੰਮ ਨਹੀਂ ਸੀ ਕਰ। ਵੱਡੀ ਗੱਲ, ਉਹਦੀਆਂ ਅੱਖਾਂ ਤੇ ਕੰਮ ਕਰ ਰਹੀਆਂ, ਉਹਦਾ ਧੜ ਕੰਮ ਨਹੀਂ ਸੀ ਕਰ। ਜਿਵੇਂ ਅਸੀਂ ਕਹਿੰਦੇ ਆ ਕਬੂਤਰ ਯਾਰ ਲੰਮਾ ਕਿਉਂ ਫਿਰਨ ਲੱਗ ਪਿਆ, ਇਹ ਕਬੂਤਰ ਇੰਜ ਹੁਣ ਆਇਆ। ਕਈ ਕਬੂਤਰ ਮੈਂ, ਕਈ ਕਬੂਤਰ ਮੈਂ, ਤੁਸੀਂ ਇਹ ਸਲਮਾਨ ਦੀ ਵੀ ਲਾਈਫ ਚ ਐਸੇ ਕਬੂਤਰ ਆਏ ਹੋਣਗੇ, ਉੱਤੋਂ ਆਏ ਨੇ ਥੱਲੇ ਗੇੜੇ ਖਾਈ ਜਾ ਰਹੇ ਨੇ, ਖਾਈ ਜਾ ਰਹੇ ਨੇ ਤੇ ਪੰਜਾ ਨੀ ਖੁੱਲਦਾ ਪਿਆ, ਉਹਦਾ ਪੰਜਾ ਤਦ ਨੀ ਖੁੱਲਦਾ ਪਿਆ ਕਿ ਉਹਦਾ ਉਹ ਕੁੰਦਾ ਕੰਮ ਨੀ ਕਰ ਰਿਹਾ। ਉਹਨੂੰ ਕੀ ਕੀਤੇ, ਐਂ ਕਰਦੇ ਕਰਦੇ ਨਾਲ ਹੀ ਉੱਤਾ ਕੇ 6 ਮਕਾਨ ਤੇ ਬਹਿ ਗਏ। ਨਹੀਂ ਨਹੀਂ ਪੈਦਾ, ਕਈ ਵਾਰੀ ਬੈਠਾ, ਕਈ ਵਾਰੀ ਬੈਠਾ। ਉਹਨੂੰ ਸਰ ਜੀ ਉਸਤਾਦ ਅਕਰਮ ਅੱਕੀ ਜਦੋਂ ਆਪਣੇ ਕਬੂਤਰ ਲੈਸ ਹੁੰਦੇ ਨਾ ਤੇ ਮੇਰੇ ਖੁੱਡੇ 100 ਕਬੂਤਰ ਨਾ ਤੇ ਮੈਂ ਉਹਨੂੰ ਜਾ ਕੇ ਮੀਟਰ ਲਾਉਣਾ ਹੁੰਦਾ, ਕਿਉਂਕਿ ਗਰਮੀਆਂ ਜਦੋਂ ਪਟਾਈ ਜਾਂਦੀ ਨਾ, ਅਸੀਂ ਫਿਰ ਜਿਸ ਕਬੂਤਰ ਦੇ ਵਿੱਚੋਂ ਮੇਰੀ ਉਂਗਲ ਖਲੋਵੇ ਉਹਨਾਂ ਕਬੂਤਰ ਨੂੰ ਫੋਕਸ ਕਰ ਲੈਂਦੇ ਹਾਂ ਤੇ ਬਾਕੀ ਨੂੰ ਕਹਿੰਦੇ ਠੀਕ ਏ ਬਰਾਤ ਦੇ ਨਾਲ ਫਿਰ ਪਟਾਕੇ ਚਲਾਉਣੇ ਚਾਹੁੰਦੇ ਨੇ। ਪਟਾਕੇ ਚਲਾਉਣਾ ਜਾਣੀ ਸਜਦੀ ਹੈ, ਬਿਲਕੁਲ ਕਬੂਤਰ 100 ਖੁੱਡੇ ਜਗ੍ਹਾ ਫੇਰ ਸਜਣ, ਜਿਹੜੇ 35 ਉਹ 30-35 ਨੂੰ ਤੁਸੀਂ ਫੋਕਸ ਕਰਨਾ ਜਿਹੜੇ ਤੁਹਾਡੇ ਰਡਾਰ ਚ ਪੂਰੇ ਆਏ ਨੇ। ਉਹ ਸਰ ਜੀ ਥੋੜਾ ਜਿਹਾ ਵਾਧਿਆ ਕਰੋ, ਜਿਹੜਾ ਤੁਸੀਂ ਕਹਿੰਦੇ ਹੋ ਕਿੰਨਾ ਕੁ ਗੈਪ ਆਉਣਾ ਚਾਹੀਦਾ, ਉਹ ਸਾਰਾ ਮੇਰੀ ਉਂਗਲ ਦੀ ਜਿਹੜੀ ਛੱਤ ਦੀ ਉਂਗਲ ਨੇ, ਮੈਂ ਦੋਨੋਂ ਕੁੰਦਿਆਂ ਦੇ ਸੈਂਟਰ ਚ ਮੈਂ ਕਰਕੇ ਮੈਦਾਨਾ ਜਿਹੜਾ ਨਾ ਸਿਸਟਮ ਕਬੂਤਰ ਤੋਂ ਮੈਂ ਜਾਣੀ ਕਿ ਸਿੱਖਿਆ ਠੀਕ ਹੈ। ਉਹਨਾਂ ਕਬੂਤਰਾਂ ਨੂੰ ਸਿੱਖਿਆ ਜਿਹੜੇ ਸਾਨੂੰ 23 ਸਾਲ ਉੱਡੇ ਵਾਪਸ ਆਏ ਵਾਪਸ ਆਏ, ਉਹ ਮੈਂ ਉਹ ਕਰਦੇ 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 ਨੇ ਇੱਕ ਦਿਨ ਉਸ ਮੈਂ ਉਹ ਜਦੋਂ ਕਬੂਤਰ ਬਹਿੰਦੇ ਨੇ, ਜਦੋਂ ਕਬੂਤਰ ਉਹ ਬਹਿੰਦੇ ਨੇ, ਕਈਆਂ ਕਬੂਤਰਾਂ ਦੇ ਇਹ ਜਿਹੜੇ ਉੱਡਦੇ ਨੇ ਪਰਵਾਜ਼, ਉਹਨਾਂ ਦੇ ਕੁੰਦੇ ਹੁੰਦੇ ਨੇ ਇਸ ਤਰ੍ਹਾਂ ਠੀਕ ਹੋ ਗਏ, ਜਦੋਂ ਫੁੱਲ ਪ੍ਰਵਾਸ ਕਰਦੇ ਉਹਨਾਂ ਦੇ ਕੁੰਦੇ ਹੁੰਦੇ ਨੇ ਇਸ ਤਰ੍ਹਾਂ ਹੋ ਜਾਂਦੇ, ਬਿਲਕੁਲ ਹੁੰਦੇ ਨੇ ਬਿਲਕੁਲ ਠੀਕ ਹੈ ਜੀ। ਜਦੋਂ ਇੱਥੇ ਹੁੰਦੇ ਨਾ ਤੇ ਉਹ ਐਂਡ ਪ੍ਰਵਾਸ ਦਾ ਕਰਕੇ ਆਉਂਦੇ ਨੇ ਠੀਕ ਹੋ ਗਿਆ, ਫਿਰ ਮੈਂ ਜਾ ਕੇ ਉਹਨਾਂ ਨੂੰ ਦੇਖਣਾ ਕਿ ਇਹ ਚੜਾਵਾ ਹੈ ਤੇ ਇਹ ਕੁੰਦੇ ਮੈਂ ਖੋਲਣ ਦਾ ਨਾਮ ਬਾਬਾ ਜੀ ਮੈਂ ਨੀ ਤੁਹਾਡੇ ਕੋਲ ਖੋਲਣ ਕੇ ਖੋਲਣਾ। ਵੈਰੀ ਗੁੱਡ, ਤੇ ਜਿਨ੍ਹਾਂ ਕਬੂਤਰਾਂ ਨੂੰ ਅਸੀਂ ਵੇਖਿਆ ਕਿ ਯਾਰ ਅੱਜ ਇਹ ਬੈਠੇ ਨੇ ਕੱਲ ਨਹੀਂ ਬੈਠੇ ਠੀਕ ਹੈ ਜੀ, ਉਹ ਕਬੂਤਰ ਨੂੰ ਉਸਤਾਦ ਕਿਹਨੇ ਲੱਭਿਆ ਕਿ ਉਹ ਕਿਉਂ ਨੀ ਬਹਿ ਬੈਠਾ, ਉਹ ਮੈਨੂੰ ਕਬੂਤਰ 3 ਗੁਣਾ ਕੀਮਤ ਤੋਂ ਲੈਣਾ ਪਿਆ, ਮੈਂ ਸਲਮਾਨ ਸਾਹਿਬ ਆਪਣੀ ਤਲੀਮ ਬਸ ਨੂੰ ਲਿਆਤਾ, ਉਹਦੇ ਮੈਂ ਕੁੰਦੇ ਚੈੱਕ ਕੀਤੇ ਨੇ, ਇਹਦੇ ਚ ਕੀ ਫਾਲਟ ਰਿਹਾ, ਉਹ ਫਾਲਟ ਮੈਨੂੰ ਉਹਦੇ ਚ ਆਇਆ ਨਾ ਲੱਭ ਗਿਆ ਲੱਭਿਆ, ਔਰ ਮੈਂ ਅੱਜ ਦਾ ਨਹੀਂ ਮਿਲ ਕੋਲੋਂ ਤਕਰੀਬਨ ਜੀ ਤਕਰੀਬਨ 1990 ਤੋਂ ਮੈਂ ਐਸੇ ਰਿਸਰਚ ਦੇ ਉੱਤੇ ਕਾਮਯਾਬ ਹਾਂ, ਮੈਂ ਜੋੜਾ ਵੀ ਜਿਹੜਾ ਲਾਨਾ ਨਾ ਐਸੀ ਪੁਆਇੰਟ ਤੇ ਮੈਂ ਲਾਨਾ ਠੀਕ ਹੋ ਹਾਂਜੀ, ਤੁਸੀਂ ਮੇਰੇ ਕਿਸੇ ਕਬੂਤਰ ਨੂੰ ਜਾ ਕੇ ਉਂਗਲ ਲਾਣਾ ਉਹ ਨਿਕਲੇਗਾ ਨਹੀਂ ਬਾਹਰ ਘੁੰਡ ਠੀਕ ਹੋ ਠੀਕ ਹੋ। ਸਰ ਜੀ ਇੱਕ ਹੋਰ ਗੱਲ ਹੈ ਜਿਹੜੀ ਕੀ ਹੈ ਬੈਟਰੀ ਚਲੋ ਕੋਈ ਨਹੀਂ ਸਹੀ ਆ ਰਿਹਾ। ਅੱਛਾ ਸਰ ਜੀ ਇੱਕ ਹੋਰ ਗੱਲ ਹੈ, ਜਿਵੇਂ ਤੁਹਾਡੇ ਹਰੀਫ ਤੇ ਜ਼ਿਆਦਾ ਤੁਹਾਨੂੰ ਕਿਹੜੇ ਹਰੀਫ ਨਾਲ ਮਜ਼ਾ ਆਇਆ, ਕਿਹਦੇ ਕਿਹਦੇ ਨਾਲ ਬਾਜ਼ੀ ਹੁੰਦੀ? ਦੇਖੋ ਜੀ ਅਸਲ ਗੇਮ ਦਾ ਜਿਹੜਾ ਜ਼ੇਵਰ ਹੈ ਜੀ, ਗੇਮ ਦਾ ਜ਼ੇਵਰ ਉਹ ਤੁਹਾਡਾ ਹਰੀਫ ਹੀ ਹੈ, ਬਿਲਕੁਲ ਸਹੀ ਹੋ ਗਿਆ ਠੀਕ ਹੈ ਜੀ ਠੀਕ ਹੋ ਗਿਆ। ਅਤੇ ਹਰੀਫ ਚੰਗਾ ਹੋਵੇ ਮਾੜਾ ਹੋਵੇ ਸਾਰੇ ਚੰਗੇ ਹੁੰਦੇ ਨੇ ਠੀਕ ਹੋ ਗਿਆ। ਉਸਤਾਦ ਅੱਕੀ ਨੇ ਸਾਰੀ ਜ਼ਿੰਦਗੀ ਐਡੀ ਮੈਂ 10 ਦਾਰ ਦੀ ਜ਼ਿੰਦਗੀ ਕੀਤੀ ਜਿੰਨੀ ਮੈਂ ਹਰੀਫ ਦੀ ਜ਼ਿੰਦਗੀ ਮੈਜ਼ਿੰਦਗੀ ਕੀਤੀ ਮਾਸ਼ਾਅੱਲਾ, ਅਤੇ ਜਿੰਨਾਂ ਉਸਤਾਦਾਂ ਕੋਲ ਅਸੀਂ ਸਿੱਖੇ ਹਾਂ ਜਿੰਨਾਂ ਉਸਤਾਦਾਂ ਅਸੀਂ ਬੈਠੇ ਹਾਂ, ਅਸੀਂ ਹਰੀਫਾਂ ਨੂੰ ਕਬੂਤਰ ਦਿੱਤੇ ਨੇ ਐਲਾ ਫਾੜੋ ਮੈਂ ਤੁਹਾਨੂੰ ਦਿੱਤੇ ਨੇ 2 ਬੱਚੇ ਤਿਆਰੀ ਕਰਦੇ ਮੇਰੇ ਨਾਲ ਗੇਟ ਬਾਜ਼ੀ। ਅੱਛਾ ਸਰ ਜੀ ਇਹ ਵੀ ਪੱਲਿਓ ਦੇ ਕੇ ਬੜੀ ਗੱਲ ਬੜੀ ਗੱਲ। ਅੱਛਾ ਅਤੇ ਮੁਕਾਬਲੇ ਜਿਹੜੇ ਨੇ ਸਾਰਿਆਂ ਨਾਲ ਹੀ ਜਾਣੀ ਕਿ ਨਹੀਂ ਜ਼ਿਆਦਾ ਵੈਸੇ ਕਿਸੇ ਨੂੰ ਮਜ਼ਾ ਆਇਆ
नस्लां बनाईयां माशाल्लाह बड़ियां फेमस होईयां नस्लां बनाईयां ज्यादातर केड़े तुहानू पसंदीदा हुण तक चलो पहले तो सियालकोट ही सन हुण जिहड़े पसंदीदा कबूतर तुसीं अपनी मर्जी दे बनाए ने मैं लाल परी कबूतर बनाए ने कबूतर ठीक हो गया जिहड़ी अपनी तुसीं तुहानू मजा आए मैं लाल परी बनाए ने कबूतर अच्छा ते ऐसे कबूतर बनाए ने कि दुनिया दे उत्ते अंतीक कबूतर होए ने लाल परी हां जी लाल परी ठीक हो नाम देण नाल कोई नहीं हुंदा सम्मान कुछ करके ही वहाए ना फिर मजा इस माया के तीन नाम परस परसु परसराम परसु परस परसराम ठीक है जी ओ जे कोई परसराम बनाना ते ओनू पहले परस तो लगना पेगा ते परसु को आएगा बाद परसराम बनेगा परसराम बनेगा निक नेम नेम देन नाल कबूतर बाजी नहीं कबूतर कोई करके दिखावे करके दिखावे समझ उस्ताद की ने लाल परी बनाए टैडी बनाए कांताले बनाए अमामदीन बनाए चारे कबूतर बनाए ने ते अलहमदुलिल्लाह कबूतर बनाए ने किसे दा डाटा लाना है दुकानदारी करनी नहीं मैं अपने वास्ते बनाए मैं अपने शोकस बनाए ने और दियन तने बनाए ने और मेरा बनाया कबूतर अल्लाह ते अल्लाह दे रसूल दी मेहरबानी पिछे मुड़ के नहीं देखता माशाल्लाह राजी होवे ते पिछे मुड़ के नहीं देखता मुनाफक हो बार बार वेखदा पिछे मुड़े दौड़ना के पास जेड़ा कबूतर बनाया ना ओन मैदान च पहले मुतारक होया हां जी जे ओन मैदान च मैदान लाया उदो नाम दिता ठीक हो ते ज्यादा जेडे कबूतर ने मेनु टैरी ही पसंद ने टैरी ही पसंद ने केड़े टैरी हर किस्म दा टैरी हर किस्म दा टैरी टैरी कोई हो अगो जेडे असि बनाए ने ए साडे नाम तो भी जानने बजने उस्ताद अकी आले फलाने आले चौधरी आले ए सारे कबूतर अज का नहीं बनिया जो पाकिस्तान काफी कबूतर इथे मैं तुम दस ना कि मैं अज तो 45 साल पहले एक लाल दुमदुमी कबूतरी साड़ी कलसरी कबूतरी दुम ते गुलाबी रंग लगे लंगोड़दार ओदी पीला जर्द मोरा क्रीम अखां दी कबूतरी ओ मैं अपनी जेड़ी पहली बाजी खेडी ना 7-8 साल दी उम्र च ओ लाल दुम्बी हर बाजी दो तो पार बैठ बैठी है ते लोकां दे 8-9 बजे बैठ बैठ जेड़ दे विच मैं खेडिया यानी के जेड़ च मेनू शौक यानी के जेड़ दा गर्मी दा हां जी ठीक हो असू दे विच चेतर दे विच ए मैं बहुत ज्यादा इजतनाब करना कि फस ना जावा अच्छा लेकिन नहीं मैं जेड तो अलावा कबूतरबाजी नहीं करता नहीं की हां जी ठीक है ते इसा जी हुण तुसी चार जिहड़ी नस्लां बनाईयां ने इन्हां नूं तुसी माशाल्लाह बहुत मेनटेन कीता हां जी इन्हां नूं प्योरिटी च अडांदे हो या के मैं कदी क्रॉस जोड़ा नहीं लाया अच्छा मैं सारी जिंदगी दे विच टैडी नाल लाई है टैडी अमामदीन लाई है अमामदीन कांता ने लाई है कांता और ऐ जेडे तीन चार कबूतर ने ना टैरी हो गया अमामदीन हो गया मगर हो गया कांता ने हो गया इना दा जेड़ा चरदादा ना फिरोजपुरी फिरोजपुरी पिछे बैकग्राउंड पिछे इना दा फिरोजपुरी कबूतर ठीक 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 ए ओदियां नस्लां ने ओदियां औलादां ने इक दादे दे चार पुत्र ने अगो सारे पुत्र फिरोजपुरी ऐसी क्वालिटी का कबूतर होया जेड़ा जेड़ा भी कटिया नाम मरी असल उतो ही तुरे काम असल फिरोजपुर तो कबूतर आए फिरोजपुरी कबूतर सी और ए चारों कबूतर ए चारों कबूतर 3-4 साल की उम्र तो बाद अपनी अखा सा के चेंज कर देंगे ने इन्हां दी सारी अखा एक जैसिया हो सारे बिलकुल एक जैसिया हो अच्छा टैडी भी जेड़ा अच्छा कबूतर रखो रखो ओदी अख भी सब्जी माइल डोरेदार हो जाएगी जरे आ जाएंगे कमगर भी जवानी च कई नीलम बल जाएंगे कई लाल अखा होनगियां जो ही बढ़ापे जाएगा तो ओदी अख भी फिरोजपुरी हो जाएगी
सबदे चली अमाम दिन की अख भी जानी कि सबदे चलेगी ते फिर बेस पिछे फिरोजपुरी है ना ओही है ते जिस कबूतर दे विच फिरोजपुरी पार नहीं हो शाम बैठ नहीं सकता जेठ च। अच्छा हाँ जी वो अगर पार है ते जेठ च बैठ जिन्ना कबूतरां दे विच फिरोजपुरी लंघिया ओही शाम दा पेंडा करेंगे दूजा कबूतर शाम नहीं कर सकता भावे शकल का जो चराना वो लंघिया फिरोजपुरी होया। वाह भाई वाह वाह भाई वाह ਤੁਹਾਡਾ ਮਕਸਦ ਕਹਿੰਦਾ ਕਿ ਜੇ ਫਿਰੋਜ਼ਪੁਰੀ ਟੱਚ ਦਿੱਤਾ ਹੈ ਕਿਸੇ ਨੇ ਸਰ ਲੋਕਾਂ ਨੇ ਕ੍ਰਾਸ ਚੋੜੇ ਲਾਏ ਜਾਣਾ ਸਰ ਲੋਕਾਂ ਨੇ ਦੇਖੋ ਹੁਣ ਗੱਲ ਪਤਾ ਕੀ ਹੈ ਸਾਸੀ ਜੋਨ ਸ੍ਰੀ ਕਬੂਤਰੀ ਨਾਲ ਗਹਿਰਾ ਕਬੂਤਰ ਫਿਰੋਜ਼ਪੁਰੀ ਲਾ ਦਿੱਤਾ ਠੀਕ ਹੈ ਜੀ ਉਹ ਜਿਹੜਾ ਬੱਚਾ ਹੈ ਉਹ ਜੋਨ ਸ੍ਰੀ ਮਾਂ ਨੇ ਆਪਣੇ ਉੱਤੇ ਕਰ ਲੈ ਗਿਆ ਤੇ ਮਾਂ ਦੇ ਉੱਤੇ ਚਲਾ ਗਿਆ ਤੇ ਉਹਦੇ ਚ ਪਿਓ ਦਾ ਅਸਰ ਨਹੀਂ ਆਉਣਾ ਆਏਗਾ पिछले टाइम लग्या बहन ते मेनू लोकी बड़ी उस्ताद जी इधर आओ ओ जोन सिरा पैंदा पैजे ए ज फिरोजपुरी कितों आ गया हुण मोदा पियो लभन जावा ठीक गल है। अच्छा सर जी एक होर वड्डी गल है के तुसी चलो उडाणे ते चलो ठीक है बड़ी देर तो बचपन च 8-9 साल दी तो जिंदगी च उमर तो उडांदे रहे हो कबूतर लेकिन ਜਿਹੜੇ ਜੋੜਿਆਂ ਦਾ ਤੁਹਾਨੂੰ ਜਾਂ ਬਰੀਡਰ ਕਬੂਤਰਾਂ ਦਾ ਸ਼ੌਕ ਪਿਆ ਉਹ ਕਿਹੜੇ ਸਨ ਚ ਮੇਰਾ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਮੈਂ ਆਪਣੇ ਕਬੂਤਰ ਦਾ ਇਹਤਸਾਬ ਹੋਤਾ ਵੈਰੀ ਗੁੱਡ ਮੈਂ ਇਸ ਮਾਮਲੇ ਚ ਸਾਈਕੋ ਪੇਸ਼ੈਂਟ ਠੀਕ ਹੋ ਗਏ ਮੈਂ ਆਪਣੇ ਕਬੂਤਰ ਦੇ ਅਜ਼ਾ ਉਹਦੀ ਅੱਖ ਦੀ ਰਿਚਨੈਸ ਠੀਕ ਹੋ ਗਏ ਉਹਦਾ ਬੋਡੀ ਸਟਰਕਚਰ ਉਹਦੇ ਖਾਨਦਾਨ ਦਾ ਰੰਗ ਜਿਹੜਾ ਰੂਪ ਹੈ ਉਹਦੇ ਤੇ ਕੰਪਰੋਮਾਈਜ਼ ਨਹੀਂ ਕਰਦਾ ਠੀਕ ਹੈ ਜੀ ਔਰ ਜਿਹੜੀ ਜਿਸ ਕਬੂਤਰ ਦੇ ਐਡੀ ਨੋਕ ਹੈ ਸਭ ਤੋਂ ਕਰਕੇ ਨੋਕ ਲਾ ਲਓ ਜਿਸ ਕਬੂਤਰ ਦੇ ਨਖਣੇ ਬਰੀਕ ਨਹੀਂ ਅੱਛਾ ਨਾਸ ਬਰੀਕ ਨਹੀਂ ਅੱਛਾ ਉਹ ਬਰੀਡਰ ਨਹੀਂ ਹੋ ਸਕਦਾ ਠੀਕ ਹੈ ਜੀ ਹਾਂ ਜੀ ਮੈਂ ਨਾਸ ਨੂੰ ਤੇ ਨੋਕ ਨੂੰ ਨੋਕ ਇੱਕ ਖੂਬਸੂਰਤੀ ਹੈ ਠੀਕ ਹੈ ਜੀ ਇਹਦਾ ਚਿਹਰੇ ਦੇ ਉੱਤੇ ਜਿਸ ਤਰ੍ਹਾਂ ਦਾ ਚਿਹਰਾ ਹੁੰਦਾ ਉਹਨਾਂ ਥੱਲੇ ਨੱਕ ਉਹ ਜਿਹਾ ਲਾ ਰਿਹਾ ਹੁੰਦਾ ਬਿਲਕੁਲ ਸਹੀ ਤੇ ਇਹਦੇ ਚ ਹੁੰਦਾ ਕਿ ਚਿੱਟਿਆ ਨੱਕ ਛੋਟੇ ਨਾ ਨੱਕ ਦਾ ਕਬੂਤਰ ਮੋਟੀ ਨਾਸ ਦਾ ਕਬੂਤਰ ਮੈਂ ਲੱਚ ਨਹੀਂ ਕਰਦਾ। ਅੱਛਾ ਸਰ ਜੀ ਇੱਕ ਹੋਰ ਗੱਲ ਹੈ ਕਈ ਕਬੂਤਰ ਮੈਂ ਵੇਖੇ ਨੇ ਸਿਆਲਕੋਟੀ ਨੇ ਕੋਈ ਵੀ ਨੇ ਉਹਨਾਂ ਦੀ ਨੋਕ ਬੜੀ ਬਿਲਕੁਲ ਛੋਟੀ ਹੁੰਦੀ ਜੀ ਹਾਂਜੀ ਉਹਨਾਂ ਨੂੰ ਤੁਸੀਂ ਪਸੰਦ ਕਰਦੇ ਪੁਰਾਣੇ ਕਬੂਤਰਾਂ ਦੀਆਂ ਤਮਾਮ ਦੀਆਂ ਨੋਕਾਂ ਛੋਟੀਆਂ ਨਹੀਂ ਨੋਕ ਵੀ ਛੋਟੀ ਹੋ ਗਈ ਥੱਲੇ ਦੀਆਂ ਲੱਤਾਂ ਬਾਡੀ ਸਟਰਕਚਰ ਇਨ ਬਰੀਡ ਹੋ ਕੇ ਉਹ ਆਪਸ ਚ ਲੱਗ ਲੱਗ ਕੇ ਨਾ ਉਹ ਆਪਸ ਚ ਲੱਗ ਲੱਗ ਕੇ ਪਿੱਡੇ ਪਾਉਣ ਤੱਕ ਛੋਟੀ ਜੀ ਗੱਲ ਦੱਸੋ ਦੋਸਤਾਂ ਨੂੰ ਆ ਜਿਹੜੇ ਤੁਸੀਂ ਕਬੂਤਰ ਮਾਮਦੀਨ ਨਾ ਮਾਮਦੀਨ ਲਾਏ ਨੇ ਟੈੜੀਆਂ ਨਾ ਟੈੜੀ ਲਾਏ ਨੇ ਮਿਸਾਲ ਇੱਕ ਜੋੜਾ ਤੁਹਾਡੇ ਕੋਲ ਉਹਦੇ ਅੱਗੋਂ ਪੱਠੀਆਂ ਪੱਠੇ ਨਿਕਲਦੇ ਨੇ ਉਹਦੀਆਂ ਗੌਰ ਕਰੋ ਉਸਤਾਦ ਹੋਰਾਂ ਤੋਂ ਮੈਂ ਪੁੱਛਿਆ ਉਸਤਾਦ ਹੋਰਾਂ ਨੇ ਕਿਹਾ ਅਗਰ ਮੇਰੇ ਕੋਲ ਚਾਰ ਪੱਠੀਆਂ ਨਿਕਲ ਆਈਆਂ ਜਾਂ ਚਾਰ ਪੱਠੇ ਨਿਕਲ ਆਏ ਨੇ ਮੈਂ ਉਹਨਾਂ ਦੇ ਨਾਲ ਦੇ ਅਗਰ ਪੱਠੀਆਂ ਨਿਕਲ ਆਈਆਂ ਬਾਹਰੋਂ ਲਿਆ ਕੇ ਪਰਚੇਜ਼ ਕਰਕੇ ਸੇਲ ਕਰ ਲਿਆ ਕੇ ਮੁੱਲ ਲੈ ਕੇ ਫਿਰ ਉਹਨਾਂ ਨੂੰ ਲਾ ਕੇ ਫਿਰ ਉਹਨਾਂ ਦੀ ਅੱਗੇ ਬ੍ਰੀਡ ਬਣਾ ਫਿਰ ਉਹ ਜ਼ਿੰਦਾ ਰਹਿਣਗੇ ਫਿਰ ਉਹ ਜ਼ਿੰਦਾ ਰਹਿਣਗੇ ਨਸਲ ਮੈਂ ਉਹ ਹੀ ਲਿਆਣੀ ਉਹ ਹੀ ਲਿਆਣੀ ਲੇਕਿਨ ਮੈਂ ਲਾਈਨ ਬਾਹਰੋਂ ਲਿਆਣੀ ਬਿਲਕੁਲ ਸਹੀ ਠੀਕ ਹੈ ਨਾ ਜੀ ਉਹ ਕਬੂਤਰ ਇੰਡ ਬ੍ਰੀਡ ਫਿਰ ਨਹੀਂ ਹੁੰਦੇ ਮੇਰੇ ਖੁੱਡੇ ਚ ਤੁਸੀਂ ਚਲੇ ਜਾਓ ਤੁਸੀਂ ਕਹੋ ਕਿ ਉਸਤਾਦ ਤੁਹਾਨੂੰ ਕਬੂਤਰ ਲਿਆਉਣ ਦੀ ਕੋਈ ਲੋੜ ਨਹੀਂ ਲੇਕਿਨ ਲੇਕਿਨ ਮੈਂ ਹਰ ਮਹੀਨੇ ਇੱਕ ਕਬੂਤਰ ਮੇਰੀ ਸਟਰਗਲ ਇਹ ਤੇ ਮੇਰੇ ਕੋਲ ਗੇਣੇ ਬਣ ਠੀਕ ਹੈ ਜੀ ਮੁਹੰਮਦ ਅਲੀ ਕਿਲੋ ਕਿਸੇ ਨੇ ਪੁੱਛਿਆ ਕਿ ਸਰ ਤੁਸੀਂ ਚੈਂਪੀਅਨ ਹੋ ਗਏ ਹੋ ਵਰਲਡ ਚੈਂਪੀਅਨ ਹੋ ਗਏ ਹੋ ਤੇ ਤੁਸੀਂ ਵਰਲਡ ਚੈਂਪੀਅਨ ਬਣਨ ਵਾਸਤੇ ਕਿੰਨੀ ਸਟਰਗਲ ਕੀਤੀ ਉਹਨੇ ਕਿਹਾ ਕਿ ਮੈਂ 8 ਘੰਟੇ ਨਾ ਪ੍ਰੈਕਟਿਸ ਕਰਦਾ ਰਿਹਾ ਇਹਨੂੰ ਹਾਸਲ ਕਰਨ ਵਾਸਤੇ ਉਹਨਾਂ ਨੇ ਕਿਹਾ ਜੀ ਤੁਸੀਂ ਹੁਣ ਤੁਸੀਂ ਰਿਲੈਕਸ ਕਰੋਗੇ ਹੁਣ ਕਿਹਾ ਨਹੀਂ ਹੁਣ ਮੈਂ 2 ਘੰਟੇ ਵਧਾਵਾਂਗਾ ਇਹਨੂੰ ਬਚਾਉਣ ਵਾਸਤੇ 8 ਘੰਟੇ ਮੈਂ ਇਹਨੂੰ ਹਾਸਲ ਵਾਸਤੇ ਕੀਤੇ 2 ਘੰਟੇ ਫਾਲਤੂ 10 ਘੰਟੇ ਇਹਨੂੰ ਬਚਾਉਣ ਵਾਸਤੇ
सर मैं 24 घंटे यह जो कबूतर मेरे को बने ना ये मेरी अखों तो उजल ने मैं 24 घंटे तलाश चुना कि इन्हों तो उतली क्लास का मैं कबूतर लभे तो मैं इन्हें ऐड कर मैं कभी भी अपनी स्ट्रगल नहीं करी चली बिलकुल सही खड़ा पानी मैं तुम गल सुना लगा खड़ा पानी बो मार बो मार बिलकुल सही चलता पानी पीन का हुक्म है बिलकुल खलोता पानी कोई नहीं पी सकता उसका पेट खराब हो जाता मैं पूरा अपना पेट खराब करना मैं सर बार का चलता पानी जो खुडे यूज करना बड़ी वड्डी गल जी तू मेरे को पाई कि मेरे घर एक जोड़ा मैं बड़ा ब्रीडर जोड़ा लगाया ओदे चार पठे या दो पठे या दो पठे निकलाई है मेनू मुसीबत पै गई मेनू चार कबूतर बारो लभने पड़े मैं उन्होंने जानी बिलकुल सही हो गया ठीक हो गया अच्छा उस्ताद जी हम ते कबूतर का भी शौक दोस्तों कराने ठीक है उत्ते चलने ते काफी लम्मा चल गया प्रोग्राम सवाल ही एडे छेड़े सन नजी लाइफ तो लै गए शौक नी छेड़िया फिर जो थे सवाल ने अमानत सी सर मैं शेयर कर दिया जिन्ना मर्जी टाइम बिलकुल सही अच्छा उस्ताद जी एक होर हम ती अगो असि पार्ट टू पार्ट थ्री जो भी असि बनावांगे ते तुहानू वेखना पवेगा सारा कुछ ठीक है जी ते चैनल नू फिर दुबारा कहांगा जिन्हां सबसक्राइब नहीं कीता ओह सबसक्राइब करन कबूतर जिंद जान पाकिस्तान जिंदाबाद अगे दोस्तों शेयर तो शेयर करते जाया करो तो इंजी मजीद तुहानू अच्छे तो अच्छे उस्ताद मेरी कोशिश यही होगी कि बहुत लैजेंड खिलाड़ियों का तुहानू वाह पाया जाए तुहानू शौक कराया जाए और उन्हां दी गुफ्तगू तुहानू सुनाई जाए और मेरा बहुत ज्यादा देखो जी मैं अगे उस्ताद होरां ने कहा भी है कि तुसीं ए वाम वास्ते अपने मुल्क वास्ते करन रहे हो और हकीकत गल है मैं अपनी वाम वास्ते अपने नवे भरपूर कोशिश करांगा और करदा रहांगा जिन्नी देर मेरी जिंदगी है क्यों उस्ताद जी उस्ताद गायब गए और इंशाल्लाह उस्ताद अकरम उर्फ हकी साहब ना भी मैं तुहानू यकीन करो कि मैं लाइव चलाया करांगा और तुहानू थोड़े थोड़े दिन वक्फा पा के तुहानू इंशाला इन्हां दे नाल जिहड़ा मैं मिलांदा रहा करांगा और इन्हां को बहुत सारिया मैं टिपां लै के जाऊंगा तुहानू और इन्हां को बहुत ज्यादा नॉलेज है यकीन करो बहुत ज्यादा नॉलेज है मैं इस वजह से मैनू कुछ लालच नहीं है ना उन्हां नू मेरे कोई लालच है ना मैनू उन्हां को लालच है मैं उन्हां दी गुफ्तगू सुन के और दोस्तां नू जिन्हां नू पता वे उन्हां सुनदे पे ने और वेखदे पे ने और यकीन करो वाकई इन्हां को बहुत नॉलेज है मैं कहांगा इन्हां दा पूरी दुनिया दे नां है और अल्लाह पाक इंजी रखे साडे मुल्क नूं भी सलामत रखे और इन्हां नूं भी सलामत रखे लो जी नैक्सट वीडियो ही मिलने हैं ते उत्ते चलने इन्हां दे कबूतरां दा शौक कराने हैं ठीक है साजी फिर अल्लाह हाफिज़ जी अस्सलाम वालेकुम।